ਹਾਂਜੀ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਸਿੱਧੂ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਹੜਾ ਹੁਣੀ 25 ਸਤੰਬਰ ਨੂੰ ਪੇਪਰ ਹੋਇਆ ਪੰਜਾਬ ਪੁਲਿਸ ਦਾ ਕੌਨਸਟੇਬਲ ਦਾ ਇਨ ਟੀਐਸਐਸ ਕਾਡਰ ਟੈਕਨੀਕਲ ਸਪੋਰਟ ਐਂਡ ਸਰਵਿਸ ਕਾਡਰ ਦੇ ਵਿੱਚ ਪੇਪਰ ਹੋਇਆ ਸੋ ਉਹਦੇ ਵਿੱਚੋਂ ਕੰਪਿਊਟਰ ਦੇ ਆਪਾਂ ਪੁਰਾਣੇ ਕੁਐਸਚਨ ਦੇਖਦੇ ਆ 20 ਕੁਐਸਚਨ ਕੰਪਿਊਟਰ ਦੇ ਆਏ ਹੋਏ ਸੀ 25 ਨੂੰ ਹੋਇਆ ਜਿਹੜਾ ਪੇਪਰ ਉਹ ਆਪਾਂ ਦੇਖਦੇ ਆ ਬਾਕੀ ਮੇਰੇ ਕੋਲੇ ਪੇਪਰ ਹੈ ਨਹੀਂਗੇ ਇੱਕ ਦੋ ਪੇਪਰ ਹੋਰ ਨੇ ਤੁਸੀਂ ਮੈਨੂੰ ਇਹਦੇ ਪੇਪਰ ਭੇਜ ਸਕਦੇ ਹੋ ਪੀਐਸਐਸ ਵਾਲੇ ਠੀਕ ਹੈ ਸੋ ਤੁਸੀਂ ਚਾਹੇ ਮੈਨੂੰ ਇੰਸਟਾਗ੍ਰam ਤੇ ਭੇਜ ਸਕਦੇ ਹੋ ਚਾਹੇ ਟੈਲੀਗ੍ਰam ਤੇ ਮੈਸੇਜ ਕਰ ਸਕਦੇ ਹੋ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਕਈ ਵਾਰੀ ਕੀ ਹੁੰਦਾ ਲਿੰਕ ਨਾ ਬ੍ਰੋਕ ਬ੍ਰੋਕਨ ਆ ਰਿਹਾ ਬੱਚੇ ਕਹਿੰਦੇ ਵੀ ਲਿੰਕ ਕਰਾਪਟ ਹੋ ਜਾਂਦਾ ਹੈ ਤਾਂ ਉਹ ਤੁਸੀਂ ਬਾਕੀ ਦੀਆਂ ਵੀਡੀਓ ਥੱਲੇ ਜਾ ਕੇ ਜਿੱਥੇ ਵੀ ਤੁਹਾਨੂੰ ਮਿਲਦਾ ਉੱਥੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਜੇਕਰ ਕਿਸੇ ਨੂੰ ਨੋਟਸ ਚਾਹੀਦੇ ਨੇ ਤਾਂ ਉਹ ਤੁਸੀਂ ਨੋਟਸ ਵੀ ਮੈਨੂੰ ਮੈਸੇਜ ਕਰ ਸਕਦੇ ਹੋ ਨੋਟਸ ਆਪਣੇ ਫ੍ਰੀ ਆ ਕੋਈ ਚਾਰਜਸ ਨਹੀਂ ਤੁਹਾਡੇ ਲਈ ਆਪਾਂ ਕੰਮ ਕਰ ਰਹੇ ਆ ਠੀਕ ਹੈ ਸੋ ਇਹਦੇ ਵਿੱਚ ਵੀ ਬਹੁਤ ਵਧੀਆ ਕੁਐਸਚਨ ਆਏ ਹੋਏ ਨੇ ਹੋ ਕਿ ਕਿਉਂਕਿ ਇਹ ਵੀ ਪੰਜਾਬ ਪੁਲਿਸ ਦਾ ਹੋਣੀ ਹੋਇਆ ਪੇਪਰ ਹੈ ਹੋ ਸਕਦਾ ਨੇੜੇ ਮੇੜੇ ਨੇੜੇ ਤਰੇੜੇ ਦਾ ਆਪਾਂ ਨੂੰ ਪੈਟਰਨ ਪਤਾ ਲੱਗ ਜੇ ਠੀਕ ਹੈ ਸੋ ਇਹਦੇ ਵਿੱਚ ਜੇ ਉਹੀ ਕੁਐਸਚਨ ਨੇ ਜਿਹੜਾ ਆਪਾਂ ਕੰਮ ਕਰਾਇਆ ਹੋਇਆ ਇੱਕ ਦੋ ਚੀਜ਼ਾਂ ਨਵੀਆਂ ਨੇ ਉਹ ਆਪਾਂ ਨੂੰ ਸਿੱਖਣ ਨੂੰ ਮਿਲਣਗੀਆਂ ਠੀਕ ਹੈ ਤਾਂ ਤੁਸੀਂ ਡੇਢ ਜਾਂ ਦੋ ਦੀ ਸਪੀਡ ਤੇ ਲਾ ਕੇ ਸੁਣ ਸਕਦੇ ਹੋ ਵੀਡੀਓ ਨੂੰ ਕਿਉਂਕਿ ਟਾਈਮ ਥੋੜਾ ਤੁਹਾਡੇ ਕੋਲੇ ਹੈ ਨਾ ਸੋ ਚਲੋ ਆਪਾਂ ਸਟਾਰਟ ਕਰਦੇ ਹਾਂ ਸੋ ਇਹ ਮੇਰਾ ਪ੍ਰੋਫਾਈਲ ਆ ਤੁਸੀਂ ਆਲਰੇਡੀ ਜਾਣਦੇ ਹੋ ਵਾਰੀ ਵਾਰੀ ਤਾਂ ਚਲੋ ਕੀ ਦੱਸਣ ਦੀ ਲੋੜ ਹੈ ਅੱਗੇ ਚੱਲਦੇ ਹਾਂ ਆਪਾਂ ਪਹਿਲਾ ਕੁਐਸਚਨ ਹੈਗਾ ਵਿੱਚ ਉਹਦੀ ਫਾਲੋਇੰ ਸ਼ਾਰਟਕਟ ਸ਼ਾਰਟਕਟਸ ਕੈਨ ਬੀ ਯੂਜ਼ਡ ਸ਼ਾਰਟਕਟ ਆਉਣਾ ਸੀ ਤੇ ਸ਼ਾਰਟਕਟਸ ਨਹੀਂ ਆਉਣਾ ਸ਼ਾਰਟਕਟ ਕੈਨ ਬੀ ਯੂਜ਼ਡ ਇਨ ਗੂਗਲ ਕ੍ਰੋਮ ਟੂ ਓਪਨ ਅ ਨਿਊ ਟੈਬ ਕਹਿੰਦਾ ਗੂਗਲ ਕ੍ਰੋਮ ਦੇ ਵਿੱਚ ਨਵੀਂ ਟੈਬ ਖੋਲਣ ਦੇ ਲਈ ਕਿਹੜਾ ਸ਼ਾਰਟਕਟ ਵਰਤਿਆ ਜਾਂਦਾ ਕੀ ਆਲਟੀ ਹੈ ਕੰਟਰੋਲ ਐ ਹੈ ਕੰਟਰੋਲ ਟੀ ਹੈ ਤੇ ਆਲਟ 10 ਹੈ ਤਾਂ ਆਪਾਂ ਨੂੰ ਨਵੀਂ ਟੈਬ ਪਤਾ ਹੈ ਨਾ ਆ ਇੱਕ ਮਤਲਬ ਵਿੰਡੋ ਖोली ਹੋਈ ਸੀ ਆਦੇ ਵਿੱਚ ਨਵੀਂ ਟੈਬ ਹੈ ਅਲੱਗ ਟੈਬ ਹੈ ਦੇਖੋ ਬਹੁਤ ਸਾਰੀਆਂ ਟੈਬ ਆ ਆਪਾਂ ਇੱਕੋ ਹੀ ਵਿੰਡੋ ਦੇ ਵਿੱਚ ਖੋਲੀਆਂ ਹੋਈਆਂ ਨੇ ਸੋ ਇਹਦੇ ਆਪਾਂ ਸ਼ਾਰਟਕਟ ਦੇਖ ਲੈਨੇ ਆ ਤੋ ਇਹ ਪਹਿਲਾਂ ਨਹੀਂ ਪੁੱਛੇ ਗਏ ਸੀ ਪਹਿਲਾਂ ਵਰਡ ਐਕਸਲ ਪਾਵਰਪੁਆਇੰਟ ਦੇ ਪੁੱਛਦਾ ਸੀ ਹੁਣ ਉਹਨੇ ਥੋੜੇ ਜੇ ਕ੍ਰੋਮ ਦੇ ਪੁੱਛ ਲਏ ਕ੍ਰੋਮ ਦੇ ਵਿੱਚ ਜੋ ਲੱਗਦੇ ਨੇ ਬਾਕੀ ਸਾਰਿਆਂ ਦੇ ਆਲਮੋਸਟ ਸੇਮ ਹੁੰਦੇ ਨੇ ਤਾਂ ਜ਼ਿਆਦਾ ਟੈਨਸ਼ਨ ਸਟ्रेस ਲੈਣ ਦੀ ਲੋੜ ਨਹੀਂ ਐ ਸੌਖਾ ਹੀ ਕੰਮ ਐ ਉਹਦੇ ਵਰਗਾ ਹੀ ਨੇ ਦੇਖੋ ਜੇ ਨਵੀਂ ਵਿੰਡੋ ਖੋਲਨੀ ਆ ਓਪਨ ਅ ਨਿਊ ਵਿੰਡੋ ਕੰਟਰੋਲ ਐਨ ਤਾਂ ਇਹ ਸਾਰੇ ਕੰਪਿਊਟਰ ਦੇ ਵਿੱਚ ਜਿੱਥੇ ਮਰਜ਼ੀ ਨਵੀਂ ਵਿੰਡੋ ਖੋਲਾਂਗੇ ਉੱਥੇ ਕੰਟਰੋਲ ਐਨ ਹੀ ਚੱਲੂ ਠੀਕ ਐ ਤੇ ਫਿਰ ਓਪਨ ਨਿਊ ਵਿੰਡੋ ਇਨ ਇਨਕੋਗਨਿਟੋ ਮੋਡ ਇਨਕੋਗਨਿਟੋ ਮੋਡ ਕੀ ਹੁੰ ਇਨਕੋਗਨਿਟੋ ਮੋਡ ਹੁੰਦਾ ਹੈ ਬਰਾਊਜ਼ਿੰਗ ਇਨ ਇਨਕੋਗਨਿਟੋ ਮੋਡ ਮੀਨਸ ਯੂਅਰ ਐਕਟੀਵਿਟੀ ਡਾਟਾ ਇਜ਼ ਨਾਟ ਸੇਵਡ ਔਨ ਯੂਅਰ ਡਿਵਾਈਸ ਔਰ ਟੂ ਦਾ ਗੂਗਲ ਅਕਾਊਂਟ ਯੂਅਰ ਨਾਟ ਸਾਈਨਡ ਇਨ ਕਈ ਵਾਰੀ ਕੀ ਹੁੰਦਾ ਨਾ ਆਪਾਂ ਕਿਤੇ ਬਾਹਰ ਕੈਫੇ ਤੇ ਜਾਂਦੇ ਆਂ ਆਪਾਂ ਚਾਹੁੰਦੇ ਆ ਕਿ ਸਾਡੀ ਐਕਟੀਵਿਟੀ ਉਹ ਬੰਦਾ ਸਟੋਰ ਨਾ ਕਰੇ ਵੀ ਅਸੀਂ ਕੀ ਕੀ ਖੋਲਿਆ ਸੇਵ ਨਾ ਕਰੇ ਹੈਨਾ ਜਦ ਅਸੀਂ ਕਈ ਵਾਰੀ ਆਪਦੇ ਫੋਨ ਤੇ ਵੀ ਕੋਈ ਸਾਈਟਾਂ ਐਵੇਂ ਦੀਆਂ ਖੋਲਦੇ ਹੁੰਦੇ ਆ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਹੈਨਾ ਵੀ ਉਹ ਕੋਈ ਹੋਰ ਬੰਦਾ ਨਾ ਦੇਖ ਸਕੇ ਤਾਂ ਉਹਦੇ ਲਈ ਜਾਂ ਤਾਂ ਪ੍ਰਾਈਵੇਟ ਵੀਪੀਐਨ ਆਉਂਦਾ ਹੈ ਜਾਂ ਫਿਰ ਇਨਕੋਗਨਿਟੋ ਮੋਡ ਹੈ ਤਾਂ ਇਨਕੋਗਨਿਟੋ ਮੋਡ ਇੱਕ ਐਵੇਂ ਦਾ ਮੋਡ ਹੁੰਦਾ ਜਿਹਦੇ ਵਿੱਚ ਤੁਹਾਡੀ ਐਕਟੀਵਿਟੀ ਹੈ ਜਿਹੜੀ ਉਹ ਸੇਵ ਨਹੀਂ ਹੁੰਦੀ ਕਲੀਅਰ ਹੋਈ ਗੱਲ ਸੋ ਇਹਦਾ ਮਤਲਬ ਹੁਣ ਤੁਹਾਨੂੰ ਇਹ ਲੱਗੂਗਾ ਵੀ ਕੀ ਇਹ ਬਾਕੀ ਪ੍ਰਾਈਵੇਟ ਬ੍ਰਾਊジング ਹੈ ਨਹੀਂ ਇਹ ਪ੍ਰਾਈਵੇਟ ਬ੍ਰਾਊジング ਨਹੀਂ ਹੈ ਜਿਹੜਾ ਸਾਡਾ ਆਈਐਸਪੀ ਹੈ ਇੰਟਰਨੈਟ ਸਰਵਿਸ ਪ੍ਰੋਵਾਈਡਰ ਆਈਐਸਪੀ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੈ ਉੱਥੇ ਸਾਡਾ ਟਰੈਕ ਹੋ ਹੀ ਰਿਹਾ ਹੁੰਦਾ ਹੈ ਤੇ ਜੇ ਅਸੀਂ ਚਾਹੁੰਦੇ ਹਾਂ ਵੀ ਪ੍ਰਾਈਵੇਟ ਬਰਾਊジング ਹੀ ਹੋਵੇ ਫਿਰ ਆਪਾਂ VPN ਯੂਜ਼ ਕਰ ਸਕਦੇ ਆ ਆਪਾਂ ਪੜ੍ਹੇ ਸੀ ਵਰਚੁਅਲ ਪ੍ਰਾਈਵੇਟ ਨੈਟਵਰਕ ਠੀਕ ਹੈ ਸੋ ਇਹ ਆਪਾਂ ਕਰ ਸਕਦੇ ਆ ਸੋ ਇਹ ਹੁੰਦਾ ਇਨਕੋਗਨਿਟੋ ਮੋਡ ਇਹਨੂੰ ਆਪਾਂ ਓਪਨ ਕਿਵੇਂ ਕਰ ਸਕਦੇ ਆ ਕਿਸੇ ਵੀ ਬਰਾਊਜ਼ਰ ਦੇ ਵਿੱਚ ਤੁਸੀਂ ਰਾਈਟ ਹੈਂਡ ਸਾਈਡ ਤੇ ਆ ਤਿੰਨ ਡਾਟ ਤੇ ਕਲਿੱਕ ਕਰੋਗੇ ਆ ਸੀਗਾ ਨਿਊ ਇਨਕੋਗਨਿਟੋ ਵਿੰਡੋ ਦੇਖੋ ਸ਼ਾਰਟਕਟ ਵੀ ਨਾਲ ਪਿਆ ਹੈ ਦੇਖੋ ਨਜ਼ਾਰਾ ਹੀ ਆ ਗਿਆ ਇੱਥੋਂ ਹੀ ਪਤਾ ਲੱਗ ਗਿਆ ਹੈ ਨਾ ਉਹ ਦੇਖੋ ਨਿਊ ਇਨਕੋਗਨਿਟੋ ਵਿੰਡੋ ਦੇ ਵਿੱਚ ਕੰਟਰੋਲ ਸ਼ਿਫਟ ਐਨ ਨਿਊ ਵਿੰਡੋ ਦੇ ਵਿੱਚ ਕੰਟਰੋਲ ਐਨ ਤੇ ਨਿਊ ਟੈਬ ਦੇ ਵਿੱਚ ਕੰਟਰੋਲ ਟੀ ਜਵਾਬ ਬਣ ਗਿਆ ਆਪਣਾ ਡਾਊਨਲੋਡ ਦੇ ਲਈ ਕੰਟਰੋਲ ਜੇ ਪ੍ਰਿੰਟ ਦੇ ਲਈ ਕੰਟਰੋਲ ਪੀ ਤੇ ਫਾਈਂਡ ਦੇ ਲਈ ਕੰਟਰੋਲ ਐਫ ਬਣ ਗਈ ਗੱਲ ਹੈ ਨਾ ਚਲ ਆਪਾਂ ਪੜ ਵੀ ਲੈਨੇ ਆ ਉਹ ਵੀ ਆ ਲਿਖਿਆ ਵੀ ਹੋਇਆ ਆਪਾਂ ਇਨਕੋਗਨਿਟੋ ਮੋਡ ਦੇ ਲਈ ਕੰਟਰੋਲ ਸ਼ਿਫਟ ਐਨ ਮੈਨੂੰ ਧਿਆਨ ਚ ਨਹੀਂ ਸੀ ਵੀ ਇੱਥੇ ਪਏ ਹੁੰਦੇ ਐ ਮੈਨੂੰ ਤਾਂ ਹੁਣ ਦੇਖ ਕੇ ਪਤਾ ਲੱਗਿਆ ਨਿਊ ਟੈਬ ਦੇ ਲਈ ਜੰਪ ਕਰਨ ਦੇ ਲਈ ਕੰਟਰੋਲ ਟੀ ਤੇ ਰੀਓਪਨ ਦਾ ਪ੍ਰੀਵੀਅਸਲੀ ਕਲੋਸਡ ਟੈਬ ਜੇ ਇੱਕ ਆਪਾਂ ਟੈਬ ਬੰਦ ਕਰਤੀ ਹੈ ਨਾ ਉਹਦੇ ਚ ਇੰਪੋਰਟੈਂਟ ਆਪਾਂ ਲਿੰਕ ਖੋਲੇ ਹੋਏ ਸੀ ਉਹਦੇ ਲਈ ਕੰਟਰੋਲ ਸ਼ਿਫਟ T ਦੇਖੋ ਇਹ ਸ਼ਾਰਟਕਟ ਤੁਹਾਡੀ ਬਹੁਤ ਹੈਲਪ ਕਰਨਗੇ ਕੱਲ ਨੂੰ ਤੁਹਾਨੂੰ ਤੁਹਾਡੀ ਜੌਬ ਲੱਗ ਜਾਣੀ ਆ ਤੁਸੀਂ ਕੰਮ ਕਰੋਗੇ ਹੈ ਨਾ ਤਾਂ ਉੱਥੇ ਫਿਰ ਤੁਸੀਂ ਉਹਨਾਂ ਚ ਰੇਸ ਦੇ ਵਿੱਚ ਅੱਗੇ ਹੋਵੋਗੇ ਜਿਹੜੇ ਪੁਰਾਣੇ ਬੰਦੇ ਕੰਮ ਕਰ ਰਹੇ ਹੋਣਗੇ ਕਿਉਂ ਅੱਗੇ ਹੋਵੋਗੇ ਕਿਉਂਕਿ ਤੁਹਾਡੀ ਸਪੀਡ ਬਹੁਤ ਜ਼ਿਆਦਾ ਫਾਸਟ ਤੁਹਾਨੂੰ ਆ ਚੀਜ਼ਾਂ ਪਤਾ ਹੋਣੀਆਂ ਇਹ ਪੜ੍ਹ ਕੇ ਨਹੀਂ ਛੱਡਣੀਆਂ ਆਪਾਂ ਪ੍ਰੈਕਟਿਸ ਦੇ ਵਿੱਚ ਲੈ ਕੇ ਆਉਣੀਆਂ ਨੇ ਚੀਜ਼ਾਂ ਤਾਂ ਹੀ ਆਪਾਂ ਤੁਹਾਨੂੰ ਮੈਂ ਤਾਂ ਕੀ ਪੜਾ ਰਿਆਂ ਇਹਨਾਂ ਹੋਵੇ ਬੰਦਾ ਹੌਲੀ ਹੌਲੀ ਲੱਗਿਆ ਰਵੇ ਹੈਨਾ ਤੇ ਬਾਕੀ ਮੈਂ ਵੀਡੀਓ ਬਣਾ ਰਿਹਾ ਮੈਂ ਥੋੜਾ ਜਿਆ ਥੋੜੀ ਡਿਸਟਰਬੈਂਸ ਇਥੇ ਜ਼ਿਆਦਾ ਹੈ ਸ਼ਾਇਦ ਪਤਾ ਨਹੀਂ ਤੁਹਾਨੂੰ ਆ ਰਹੀ ਹੋਣੀ ਹੈ ਕਿ ਨਹੀਂ ਤੇ ਮੈਂ ਪਿੰਡ ਆਇਆ ਹੋਇਆ ਮੈਂ ਪਟਿਆਲੇ ਨਹੀਂ ਹੈ ਬਠਿੰਡਾ ਡਿਸਟ੍ਰਿਕਟ ਹੈ ਮੇਰਾ ਤੁਹਾਨੂੰ ਆਲਰੇਡੀ ਦੱਸਿਆ ਹੋਇਆ ਸੋ ਇਥੇ ਕੀ ਹੈ ਵੀ ਥੋੜਾ ਜਿਹਾ ਪਿੰਡ ਦੇ ਵਿੱਚ ਜਗਰਾਤਾ ਹੈਨਾ ਤੇ ਭੰਡਾਰਾ ਹੈਗਾ ਅੱਜ ਉਹ ਵੀ ਸਪੀਕਰ ਲਾਈ ਬੈਠੇ ਆ ਜਦੋਂ ਹੀ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ ਉਹ ਸਪੀਕਰ ਲਾ ਦਿੰਦੇ ਨੇ ਹੈਨਾ ਮੈਂ ਫੇਰ ਆਦਾ ਕੰਮ-ਕਮ ਕਰਦਾ ਵੀ ਕੁਛ ਐ ਵੀ ਟਾਈਮ ਵੀ ਥੋੜਾ ਯਾਰ ਹੁਣ ਛੱਡ ਨਹੀਂ ਸਕਦੇ ਤੇ ਹੁਣ ਤੁਹਾਨੂੰ ਪਤਾ ਹੀ ਹੈ ਪਿੰਡ ਚ ਮਾਹੌਲ ਕਿਵੇਂ ਹੁੰਦਾ ਕੋਈ ਆ ਗਿਆ ਵਾ ਗਿਆ ਗੱਲਾਂ ਬਾਤਾਂ ਹੋਈ ਜਾਂਦੀਆਂ ਹਨਾ ਮੈਂ ਕਿਹਾ ਕੁਝ ਨਹੀਂ ਹੁੰਦਾ ਚੱਲ ਵੀ ਇੰਨਾ ਕੁ ਤੁਸੀਂ ਟੋਲਰੇਟ ਕਰ ਲੋਗੇ ਥੋੜੀ ਬਹੁਤ ਆਵਾਜ਼ ਵਗੈਰਾ ਪੰਛੀ ਪੁੰਛੀਆਂ ਦੀ ਆਵਾਜ਼ ਆ ਰਹੀ ਉਹ ਤਾਂ ਚੱਲ ਵਧੀਆ ਲੱਗ ਰਿਹਾ ਨੇਚਰਲ ਹੈ ਬਾਕੀ ਮੇਰੇ ਕੋਲ ਇੱਥੇ ਕੋਈ ਜਿਆ ਕੋਈ ਸਟੂਡੀਓ ਵਗੈਰਾ ਬਣਿਆ ਨਹੀਂ ਹੋਇਆ ਅਜੇ ਤਾਂ ਆਪਾਂ ਹੁਣੇ ਸਟਾਰਟ ਕੀਤਾ ਕੰਮ ਹਨਾ ਕੋਈ ਬਾਲੇ ਵੱਡੇ ਮਾਈਕ ਮੂਈਕ ਨਹੀਂ ਹੈ ਵੀ ਨੌਇਸ ਕੈਨਸਲੇਸ਼ਨ ਵਾਲੇ ਇਫੈਕਟੇ ਚੀਜ਼ਾਂ ਹੈ ਨਹੀਂ ਆਪਣੇ ਕੋਲੇ ਹਜੇ ਟੇਬਲ ਟੂਲ ਵੀ ਜਿਵੇਂ ਇਹ ਕੰਮ ਚੱਲਦਾ ਵੀ ਚੱਲ ਆਪਣਾ ਮੇਨ ਫੋਕਸ ਪ ਤਾਂ سپورਟ ਦੀ ਲੋੜ ਹੈ ਤੁਹਾਡੀ ਥੋੜੀ ਜਿਹੀ ਸ਼ੇਅਰ ਕਰ ਦਿਆ ਕਰੋ ਬਸ ਇਹ ਨਹੀਂ ਇਹ ਆ ਕਿ ਜੇ ਜ਼ਿਆਦਾ ਬੰਦੇ ਦੇਖਣਗੇ ਤਾਂ ਮੈਨੂੰ ਥੋੜੀ ਖੁਸ਼ੀ ਹੁੰਦੀ ਹੈ ਕਮੈਂਟ ਆਉਂਦੇ ਆ ਤੁਹਾਡੇ ਤੋਂ ਨੂੰ ਹਨਾ ਇਹੀ ਚੀਜ਼ એનર્ਜੀ ਦਿੰਦੀ ਹੈ ਤੇ ਇਹਦੇ ਇਹ એનર્ਜੀ ਦੇ ਨਾਲ ਹੀ ਮੈਂ ਕੰਮ ਕਰਦਾਾਂਗੀ ਜਿਵੇਂ ਤੁਹਾਡੇ ਚੋਂ ਬਹੁਤ ਵਧੀਆ ਕਮੈਂਟ ਆਏ ਪਿਛਲੀਆਂ ਵੀਡੀਓ ਤੇ ਤੇ ਕਿਸੇ ਸਟੂਡੈਂਟ ਨੇ ਮੈਨੂੰ ਇਹ ਪੇਪਰ ਭੇਜਿਆ ਸੀ ਮੇਰੇ ਕੋਲ ਤਾਂ ਹੈ ਨਹੀਂ ਸੀ ਪੇਪਰ ਪਰ ਮੈਨੂੰ ਲੱਗਿਆ ਵੀ ਕਿਉਂ ਨਾ ਆਪਾਂ ਯਾਰ ਸਾਰੇ ਬੰਦਿਆਂ ਤੱਕ ਪਹੁੰਚਾਈਏ ਇਹ ਗੱਲ ਹਨਾ ਵੀ ਜਦੋਂ ਆਪਾਂ ਬਾਕੀ ਦਾ ਕੰਮ ਇੰਨਾ ਕਰ ਲਿਆ ਤਾਂ ਇਹ ਥੋੜੀ ਜਿਹੀ ਤਾਂ ਕੀ ਲੱਗਦਾ ਹੈ ਠੀਕ ਹੈ ਸੋ ਸ਼ੇਅਰ ਜਰੂਰ ਕਰਦਾ ਕਰੋ ਜਿਵੇਂ ਵੀ ਤੁਹਾਡੇ ਕੋਲੇ ਮੀਡੀਆ ਮ WhatsApp ਤੇ ਸਟੇਟਸ ਲਾ ਕੇ ਸ਼ੇਅਰ ਕਰ ਦਿਓ ਤੇ ਇੰਸਟਾਗ੍ਰਾਮ ਤੇ ਤੁਹਾਡੇ ਕੋਲੇ ਚੰਗੇ ਸਬਸਕ੍ਰਾਈਬਰ ਹੈਗੇ ਤਾਂ ਇੰਸਟਾਗ੍ਰਾਮ ਤੇ ਕਰ ਸਕਦੇ ਹੋ ਠੀਕ ਹੈ ਸੋ ਉਹਦੇ ਲਈ ਮੈਂ ਤੁਹਾਡਾ ਰੀ ਨਹੀਂ ਰਵਾਂਗਾ ਠੀਕ ਹੈ ਸੋ ਆਪਾਂ ਅੱਗੇ ਚੱਲਦੇ ਹਾਂ ਜਲੋ ਜੰਪ ਟੂ ਨੈਕਸਟ ਓਪਨ ਟੈਬ ਕੰਟਰੋਲ ਟੈਬ ਜਾਂ ਕੰਟਰੋਲ ਪੇਜ ਡਾਊਨ ਓਪਨ ਯੂਅਰ ਹੋਮ ਪੇਜ ਜੇ ਹੋਮ ਪੇਜ ਖੋਲਣਾ ਆਲਟ ਐਚ ਆਲਟ ਹੋਮ ਸੋਰੀ ਆਲਟ ਐਚ ਨਹੀਂ ਆਲਟ ਹੋਮ ਤਾਂ ਤੁਸੀਂ ਹੋਮ ਪੇਜ ਸੈੱਟ ਕਰ ਸਕਦੇ ਹੋ ਮੰਨ ਲਓ Google ਕਿਸੇ ਤੇ ਕੋਈ ਹੋਰ ਹੀ ਖੁੱਲ ਰਿਹਾ ਹੁੰਦਾ ਤਾਂ ਤੁਸੀਂ YouTube ਤੇ ਸਰਚ ਮਾਰੋ ਹਾਊ ਟੂ ਸੈੱਟ ਹੋਮ ਪੇਜ ਇਨ Chrome ਉੱਥੇ ਜਾ ਕੇ ਤੁਸੀਂ ਸੈੱਟ ਕਰ ਸਕਦੇ ਹੋ ਜੇ ਅੱਗੇ ਆਪਾਂ ਨੂੰ ਲੋੜ ਪਈ ਤਾਂ ਮੈਂ ਦੱਸ ਦੂਗਾ ਕਲੋਜ਼ ਦੀ ਕਰੰਟ ਟੈਬ ਕਰੰਟ ਟੈਬ ਨੂੰ ਦੋ ਤਰੀਕੇ ਨੇ ਕੰਟਰੋਲ W ਤੇ ਕੰਟਰੋਲ F4 ਇਹ ਦੋਨਾਂ ਚ ਤਿੰਨਾਂ ਚੱਲਦਾ ਐਕਸਲ 'ਚ ਵੀ ਇਹੀ ਚੱਲੂਗਾ ਵਰਡ 'ਚ ਵੀ ਇਹੀ ਚੱਲਦਾ ਪਾਵਰਪੁਆਇੰਟ ਦੇ ਵਿੱਚ ਵੀ ਇਹੀ ਇਹ ਚੀਜ਼ਾਂ ਚੱਲਦੀਆਂ ਨੇ ਕਲੀਅਰ ਹੈ ਸੋ ਕਲੋਜ਼ ਦੀ ਕਰੰਟ ਵਿੰਡੋ ਜੇ ਪੂਰੀ ਦੀ ਪੂਰੀ ਵਿੰਡੋ ਆਪਾਂ ਕਲੋਜ਼ ਕਰਨੀ ਹੈ ਤਾਂ ਕੰਟਰੋਲ Shift W ਜਾਂ Alt F4 alt f4 ਵੀ ਇਹੀ ਕੰਮ ਕਰਦਾ ਮਿਨੀਮਾਈਜ਼ ਕਰਨਾ ਹੈ ਕੰਟਰੋਲ ਸਪੇਸ ਦੈਨ n ਤੇ ਮੈਕਸਮਾਈਜ਼ ਕਰਨਾ ਹੈ ਕੰਟਰੋਲ ਸਪੇਸ ਦੈਨ x ਤੇ ਕੁਇਟ ਕਰਨਾ ਹੈ ਗੂਗਲ ਕ੍ਰੋਮ ਤਾਂ alt plus f ਦੈਨ x ਠੀਕ ਹੈ ਲਾਸਟ ਵਾਲੇ ਤਿੰਨ ਘਾਟੇ ਇੰਪੋਰਟੈਂਟ ਨੇ ਤੇ ਬਾਕੀ ਤੁਸੀਂ ਕਰ ਲੈਣੇ ਨੇ ਠੀਕ ਹੈ ਸੋ ਇਹ ਆਪਾਂ ਦੇਖ ਚੁੱਕੇ ਹਾਂ ਇਹਦੇ ਨਾਲ ਲੱਗਦਾ ਹੀ ਨਹੀਂ ਜੇ ਸਾਈਜ਼ ਵਧਾਉਣਾ ਹੈਗਾ ਜ਼ੂਮ ਇਨ ਕਰਨਾ ਹੈ ਨਾ ਜ਼ੂਮ ਆਊਟ ਕਰਨਾ ਹੈ ਤਾਂ ਕੰਟਰੋਲ ਹੈ ਤੇ ਅ ਆਊਟ ਮਤਲਬ ਇਨਕਰੀਜ਼ ਕਰਨਾ ਹੁਣ ਮੈਂ ਇਹਨੂੰ ਐ ਨਹੀਂ ਪਤਾ ਮੈਂ ਠੀਕ ਪਾਇਆ ਕਿ ਨਹੀਂ ਇਨਕਰੀਜ਼ ਕਰਨਾ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ ਪਲੱਸ ਦਾ ਮਤਲਬ ਇਨਕਰੀਜ਼ ਕਰਨਾ ਹੈ ਮਾਈਨਸ ਦਾ ਮਤਲਬ ਡਿਕਰੀਜ਼ ਕਰਨਾ ਹੈ ਹੁਣ ਮੇਰੇ ਇਹ ਖਿਆਲ ਚ ਨਹੀਂ ਮੈਂ ਚੈੱਕ ਕਰਨੀ ਕਰਾਸ ਚੈੱਕ ਕਰਨੀ ਭੁੱਲ ਗਿਆ ਗੱਲ ਮੈਂ ਤੁਹਾਡੇ ਤੇ ਛੱਡਦਾ ਇੰਨਾ ਕੁ ਕਰ ਲਿਓ ਕਿ ਜ਼ੂਮ ਆਊਟ ਦਾ ਮਤਲਬ ਕੀ ਇਨਕਰੀਜ਼ ਕਰਨਾ ਹੀ ਹੁੰਦਾ ਹੈ ਕਿ ਜ਼ੂਮ ਇਨ ਦਾ ਮਤਲਬ ਡਿਕਰੀਜ਼ ਕਰਨਾ ਹੀ ਹੁੰਦਾ ਇਹ ਗੱਲ ਮੇਰੇ ਧਿਆਨ ਚ ਪਹਿਲਾਂ ਤਾਂ ਆਈ ਸੀ ਪਰ ਮੈਂ ਭੁੱਲ ਗਿਆ ਠੀਕ ਹੈ ਤੁਸੀਂ ਚੈੱਕ ਕਰ ਲਿਓ ਇੱਕ ਵਾਰੀ ਮੇਰੇ ਤੇ ਨਾ ਰਿਓ ਵੀ ਮੈਂ ਜੋ ਕਰਾ ਰਿਆ ਹਾਂ ਬਟ ਇੰਨੀ ਗੱਲ ਸ਼ੋਰ ਹੈ ਕਿ ਕੰਟਰੋਲ ਪਲੱਸ ਜਿਹੜਾ ਸਾਈਜ਼ ਨੂੰ ਵਧਾਉਂਦਾ ਹੈ ਵਿੰਡੋ ਦਾ ਸਾਈਜ਼ ਤੇ ਕੰਟਰੋਲ ਮਾਈਨਸ ਸਾਈਜ਼ ਘਟਾਉਂਦਾ ਹੈ ਟਰਮ ਨਹੀਂ ਮੈਨੂੰ ਪਤਾ ਵੀ ਜ਼ੂਮ ਇਨ ਇਹਨੂੰ ਬੋਲਦੇ ਆ ਕਿ ਇਹਨੂੰ ਬੋਲਦੇ ਆ ਕਲੀਅਰ ਤੇ ਜੇਕਰ ਸਾਡਾ ਸਾਈਜ਼ ਵਧਿਆ ਜਾਂ ਘਟਿਆ ਜੇ ਕੰਟਰੋਲ 0 ਦਬਦਾਂਗੇ ਤਾਂ ਲੈਵਲ ਆ ਜਿਹੜਾ 100% ਤੇ ਆ ਜਾਂਦਾ ਵੀ ਜਿੰਨਾ ਹੁੰਦਾ ਨਾਰਮਲ ਕਲੀਅਰ ਹੋਈ ਗੱਲ ਸੋ ਫਿਰ ਇਹਦਾ ਪਹਿਲੇ ਦਾ ਆਨਸਰ ਸੀਗਾ ਤੀਸਰਾ ਕੰਟਰੋਲ T ਦੇ ਨਾਲ ਨਵੀਂ ਟੈਬ ਆਪਾਂ ਖੋਲ ਸਕਦੇ ਹਾਂ ਅਗਲਾ ਕੁਐਸਚਨ ਆ ਗਿਆ ਵਿਚ ਉਹਦੀ ਫਾਲੋਇੰਗ ਐਪਲੀਕੇਸ਼ਨ ਸੌਫਟਵੇਅਰ ਯੂਜ਼ ਟੂ ਪ੍ਰੋਡਿਊਸ ਇਫੈਕਟਿਵ ਪ੍ਰੈਜੈਂਟੇਸ਼ਨ ਕਹਿੰਦਾ ਕਿਹੜਾ ਐਪਲੀਕੇਸ਼ਨ ਸੌਫਟਵੇਅਰ ਹੁੰਦਾ ਐਪਲੀਕੇਸ਼ਨ ਸੌਫਟਵੇਅਰ ਤੇ ਸਿਸਟਮ ਸੌਫਟਵੇਅਰ ਕੀ ਹੁੰਦੇ ਨੇ ਮੈਂ ਬਹੁਤ ਚੰਗੀ ਤਰ੍ਹਾਂ ਕਰਾਏ ਹੋਏ ਨੇ ਅੱਗੇ ਵੀ ਕੁਐਸਚਨ ਆਊਗਾ ਦੁਬਾਰੇ ਦੱਸ ਦਊਗਾ ਕਿਹੜਾ ਇਫੈਕਟਿਵ ਪ੍ਰੈਜੈਂਟੇਸ਼ਨ ਦੇ ਲਈ ਵਰਤਿਆ ਜਾਂਦਾ ਵਰਡ ਪੈਡ ਨਹੀਂ ਵਰਤਿਆ ਜਾਂਦਾ ਨੋਟ ਪੈਡ ਵੀ ਨਹੀਂ ਹੈ ਐਕਸਲ ਵੀ ਨਹੀਂ ਹੈ ਪਾਵਰਪੁਆਇੰਟ ਇਹ ਤੁਹਾਨੂੰ ਪਤਾ ਹੀ ਹੈ ਪਾਵਰਪੁਆਇੰਟ ਹੁੰਦਾ ਹੈ ਨਾ ਪੀਪੀਟੀ ਬਣਾਉਣਾ ਜਿਹਦੇ ਵਿੱਚ ਆਪਾਂ ਤੀਸਰਾ ਆਨਸਰ ਚੌਥਾ ਦੇਚ ਉਹਦੀ ਫੋਲੋਇੰਗ ਟਾਈਪ ਆਫ ਮੈਮਰੀ ਇਜ਼ ਦੀ ਫਾਸਟੈਸਟ ਕਿਹੜੀ ਕਹਿੰਦਾ ਫਾਸਟੈਸਟ ਹੈ ਮੈਮਰੀ ਹਰਾਰਕੀ ਆਪਾਂ ਚੰਗੀ ਤਰ੍ਹਾਂ ਪੜ੍ਹੀ ਹੋਈ ਆਪਾਂ ਨੂੰ ਪਤਾ ਹੈ ਰਜਿਸਟਰ ਕੈਸ਼ ਰੈਮ ਇਲੈਕਟ੍ਰੋਨਿਕ ਤੇ ਮੈਗਨੇਟਿਕ ਜੇ ਰਜਿਸਟਰ ਰਜਿਸਟਰ ਹੈਗਾ ਫਿਰ ਤਾਂ ਝਾਕਣ ਦੀ ਲੋੜ ਨਹੀਂ ਰਜਿਸਟਰ ਹੈ ਨਾ ਤਾਂ ਇਹ ਫਾਸਟੈਸਟ ਹੈ ਬਾਕੀ ਇਹ ਤਾਂ ਸਾਰੀਆਂ ਸਲੋ ਨੇ ਇਹਦੇ ਤੋਂ ਤਾਂ ਫਿਰ ਆਨਸਰ ਹੈ ਫੋਰਥ ਇਹ ਟਾਈਪਸ ਆਫ ਮੈਮਰੀ ਨੇ ਇਹ ਵੀ ਮੈਂ ਚੰਗੀ ਤਰ੍ਹਾਂ ਕਰਾਇਆ ਹੋਇਆ ਇੰਟਰਨਲ ਤੇ ਐਕਸਟਰਨਲ ਇੰਟਰਨਲ ਫਰਦਰ ਡਿਵਾਈਡਡ ਹੁੰਦੀ ਆ ਰਜਿਸਟਰ ਕੈਸ਼ ਤੇ ਪ੍ਰਾਇਮਰੀ ਤੇ ਮੇਨ ਦੇ ਵਿੱਚ ਪ੍ਰਾਇਮਰੀ ਤੇ ਮੇਨ ਜਿਹੜੀ ਹੈ ਉਹ ਦੋ ਪਾਰਟਸ ਦੇ ਵਿੱਚ ਡਿਵਾਈਡਡ ਹੈ RAM ਤੇ ROM ਦੇ ਵਿੱਚ ਐਸ RAM ਤੇ ਡੀ RAM ਐਮ ROM ਪੀ ROM ਈ ਪੀ ROM ਤੇ ਈ ਈ ਪੀ ROM ਕਲੀਅਰ ਇਧਰ ਹੁੰਦਾ ਹੈ ਫਲੈਸ਼ ਮੈਮਰੀ ਮੈਗਨੇਟਿਕ ਡਿਸਕ ਆਪਟੀਕਲ ਡਿਸਕ ਤੇ ਮੈਗਨੇਟਿਕ ਟੇਪ ਕਲੀਅਰ ਹੋਈ ਗੱਲ ਅਗਲਾ ਕੁਐਸਚਨ ਵਿੱਚੋਂ ਦੀ ਫਾਲੋਇੰਗ ਇਜ਼ ਨੋਟ ਏ ਇਹਦਾ ਆਪਾਂ ਇਹ ਨੂੰ ਨਹੀਂ ਆਪਾਂ ਲੰਘਣ ਦਿੰਦੇ ਹੈ ਨਾ ਤੁਹਾਨੂੰ ਵੀ ਹੁਣ ਤਾਂ ਪ੍ਰੈਕਟਿਸ ਹੋ ਗਈ ਹੋਣੀ ਹੈ ਵੀ ਇਹ ਚੀਜ਼ ਦੇਖਣੀ ਵਾਰੀ-ਵਾਰੀ ਮੈਂ ਹੀ ਜਿਹੜੀ ਚੀਜ਼ ਆਪਾਂ ਵਾਰੀ-ਵਾਰੀ ਬੋਲਦੇ ਆ ਹਨਾ ਉਹ ਸਾਡੇ ਧਿਆਨ 'ਚ ਆਉਣ ਲੱਗ ਜਾਂਦੀ ਹੈ ਤਾਂ ਮੈਨੂੰ ਉਮੀਦ ਹੈ ਕਿ ਤੁਹਾਡੀ ਹੁਣ ਇਹ ਤੇ ਸਲੀਮ ਮਿਸਟੇਕ ਨਹੀਂ ਹੋਊਗੀ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਵੀ ਯਾਰ ਸਾਡਾ ਟਾਈਮ ਤਾਂ ਥੋੜਾ ਜਿਹਾ ਲੱਗਿਆ ਵੀਡੀਓ ਲੰਬੀਆਂ ਹੋ ਜਾਂਦੀਆਂ ਵਿੱਚ ਆਸ-ਪਾਸ ਦੀਆਂ ਗੱਲਾਂ ਕਰਨਾ ਪਰ ਫਾਇਦਾ ਹੋਇਆ ਹੈਨਾ ਫਾਲਿੰਗ ਇਜ਼ ਨਾਟ ਅ ਪਾਰਟ ਆਫ ਬਲੌਕ ਡਾਇਗਰਾਮ ਆਫ ਕੰਪਿਊਟਰ ਸਿਸਟਮ ਕਹਿੰਦਾ ਕਿਹੜਾ ਇਹਨਾਂ ਚ ਬਲੌਕ ਡਾਇਗਰਾਮ ਦਾ ਹਿੱਸਾ ਨਹੀਂ ਪਹਿਲਾਂ ਆਪਾਂ ਬਲੌਕ ਡਾਇਗਰਾਮ ਦੇਖਦੇ ਹਾਂ ਬਾਹਰੋਂ ਇਨਪੁਟ ਮਿਲਦੀ ਹੈ CPU ਦੇ ਵਿੱਚ ਪ੍ਰੋਸੈਸਿੰਗ ਹੁੰਦੀ ਹੈ ਤੇ ਫਿਰ ਉਹਦੀ ਬਾਅਦ ਦੇ ਵਿੱਚ ਆਉਟਪੁਟ ਆਉਟਪੁਟ ਆ ਜਾਂਦੀ ਹੈ ਇਹ ਬਲੌਕ ਡਾਇਗਰਾਮ ਹੈ ਤੇ CPU ਦੇ ਆਪਾਂ ਨੂੰ ਪਤਾ ਹੀ ਹੈ ਤਿੰਨ ਕੰਪੋਨੈਂਟ ਦੂਸਰਾ ਅਰਥਮੈਟਿਕ ਲੌਜਿਕ ਯੂਨਿਟ ਤੇ ਤੀਸਰਾ ਮੈਮਰੀ ਯੂਨਿਟ ਹੈ ਮੈਮਰੀ ਯੂਨਿਟ ਦੇ ਦੋ ਪਾਰਟ ਹੁੰਦੇ ਨੇ ਪਹਿਲਾ ਰਜਿਸਟਰ ਜਿਹੜਾ ਸਭ ਤੋਂ ਜ਼ਿਆਦਾ ਫਾਸਟੈਸਟ ਮੈਮਰੀ ਹੈ ਤੇ ਦੂਸਰਾ ਪਾਰਟ ਕੈਸ਼ ਹੈ ਕਲੀਅਰ ਸੋ ਆਪਾਂ ਦੇਖਦੇ ਆਂ ਬਲੌਕ ਡਾਇਗਰਾਮ ਅ ਇਨਪੁਟ ਯੂਨਿਟ ਵੀ ਹੁੰਦਾ ਆਉਟਪੁਟ ਯੂਨਿਟ ਵੀ ਹੁੰਦਾ ਮੈਮਰੀ ਯੂਨਿਟ ਵੀ ਹੁੰਦਾ ਡਾਟਾਬੇਸ ਯੂਨਿਟ ਵੀ ਹੁੰਦਾ ਸੋ ਇਹਦਾ ਆਨਸਰ ਫਿਰ ਏ ਆਨਸਰ ਹੈ ਪਹਿਲਾ ਆਨਸਰ ਹੈ ਕਲੀਅਰ ਹੋਈ ਗੱਲ ਠੀਕ ਹੈ ਏ ਲੈਨ दैट इज ਕੰਪਲੀਟਲੀ ਵਾਇਰਲੈਸ ਇਜ਼ ਕਾਲਡ ਵਾਇਰਲੈਸ ਲੈਨ ਨੂੰ ਪਤਾ ਹੀ ਹੈ ਆਪਾਂ ਨੂੰ ਪੈਨ ਨਹੀਂ ਕਹਿੰਦੇ ਪਰਸਨਲ ਏਰੀਆ ਹੁੰਦਾ ਸੈਨ ਵੀ ਨਹੀਂ ਹੁੰਦਾ ਵੀ ਲੈਨ ਵੀ ਨਹੀਂ ਹੁੰਦਾ ਡਬਲਯੂ ਲੈਨ ਵਾਇਰਲੈਸ ਲੈਨ ਕਲੀਅਰ ਹੋਈ ਗੱਲ ਇਹ ਵਾਇਰਲੈਸ ਲੈਨ ਬੋਲਦੇ ਇਸ ਨੂੰ ਆਪਾਂ ਐਕਸੈਸ ਪੁਆਇੰਟ ਹੈ ਰਾਊਟਰ ਦੁਆਰਾ ਸਾਰੇ ਕੰਪਿਊਟਰ ਲੱਗੇ ਹੁੰਦੇ ਨੇ ਇਹਨੂੰ ਵਾਇਰਲੈਸ ਲੈਨ ਬੋਲ ਦਿੰਦੇ ਆ ਠੀਕ ਹੈ ਮੈਂ ਬਾਕੀ ਡਿਟੇਲ ਚ ਨਹੀਂ ਜਾ ਰਿਹਾ ਕਿ ਲੈਨ ਕੀ ਹੁੰਦਾ ਪੈਨ ਕੀ ਹੁੰਦਾ ਉਹ ਮੈਂ ਕਹਾਂ ਚੁੱਕਿਆ ਆਲਰੇਡੀ ਠੀਕ ਹੈ ਕਿਸੇ ਨਾ ਕਿਸੇ ਵੀਡੀਓ ਚ ਗੱਲ ਹੋਈ ਹੋਈ ਆ ਤਾਂ ਫਿਰ ਲੰਬਾ ਫ ਕਹਿੰਦਾ ਐਮ ਐਸ ਵਰਡ ਦਿਖੋ ਯਾਰ ਕੁਸ਼ਣ ਹੀ ਬਹੁਤ ਸੌਖੇ ਆਏ ਹੋਏ ਨੇ ਹਨਾ ਐਮ ਐਸ ਵਰਡ ਕੀ ਹੈ ਐਂਟੀਵਾਇਰਸ ਵੀ ਨਹੀਂ ਆਪਰੇਟਿੰਗ ਸਿਸਟਮ ਵੀ ਨਹੀਂ ਐ ਸਿਸਟਮ ਸੌਫਟਵੇਅਰ ਵੀ ਨਹੀਂ ਹੈ ਤੇ ਵਰਡ ਪ੍ਰੋਸੈਸਰ ਹੈ ਉਹ ਕਲੀਅਰ ਹੋਈ ਗੱਲ ਵਰਡ ਪ੍ਰੋਸੈਸਰ ਹੁੰਦਾ ਐ ਐਮ ਐਸ ਵਰਡ ਬੈਸੇ ਦਾ ਵਿਚ ਹੀ ਨਾਮ ਦਿੱਤਾ ਹੋਇਆ ਵਰਡ ਪ੍ਰੋਸੈਸਰ ਕਲੀਅਰ ਹੋਈ ਗੱਲ ਆਨਸਰ ਪਹਿਲਾ ਅਗਲਾ ਕੁਸ਼ਣ ਕਹਿੰਦਾ ਆਇਡੈਂਟੀਫਾਈ ਵੈਦਰ ਦੀ ਗਿਵਨ ਸਟੇਟਮੈਂਟਸ ਆਰ ਟਰੂ অর ਫਾਲਸ ਦੱਸਣਾ ਹੈ ਵੀ ਕੀ ਇਹ ਟਰੂ ਨੇ ਕਿ ਫਾਲਸ ਨੇ ਦੇਖੋ ਆ ਆ ਵਧੀਆ ਪੁੱਛ ਲਿਆ ਉਹਨੇ ਨਹੀਂ ਤਾਂ ਇਹ ਪੁੱਛਿਆ ਹੁੰਦਾ ਨਾਟ ਫਾਲਸ ਨਾ ਟ्रू ਹੁਣ ਟ्रू ਐਂਡ ਫਾਲਸ ਹੈ ਕਹਿੰਦਾ ਵਿੰਡੋ ਐਕਸਪੀ ਇਜ਼ ਅ ਡੈਸਕਟਾਪ ኦਪਰੇਟਿੰਗ ਸਿਸਟਮ ਕੀ ਇਹ ਡੈਸਕਟਾਪ ኦਪਰੇਟਿੰਗ ਸਿਸਟਮ ਹੈ ਹਾਂ ਬਿਲਕੁਲ ਠੀਕ ਹੈ ਇਹ ਡੈਸਕਟਾਪ ኦਪਰੇਟਿੰਗ ਸਿਸਟਮ ਹੈ ਮੋਬਾਈਲ ኦਪਰੇਟਿੰਗ ਸਿਸਟਮ ਨਹੀਂ ਹੈ ਉਹ ኦਪਰੇਟਿੰਗ ਸਿਸਟਮ ਦੋ ਤਰ੍ਹਾਂ ਦੇ ਹੁੰਦੇ ਨੇ ਦੋ ਤਿੰਨ ਤਰ੍ਹਾਂ ਦੇ ਹੋ ਸਕਦੇ ਨੇ ਡੈਸਕਟਾਪ ኦਪਰੇਟਿੰਗ ਸਿਸਟਮ ਹੈ ਮੋਬਾਈਲ ኦਪਰੇਟਿੰਗ ਸਿਸਟਮ ਹੈ ਫਿਰ ਕਲਾਇੰਟ ਵਾਲਾ ਹੋ ਸਕਦਾ ਤੇ ਸਰਵਰ ਵਾਲਾ ਜਿਵੇਂ ਅਗਲੇ ਚ ਪੁੱਛਿਆ ਉਹਨੇ ਰੈੱਡ ਹੈਟ ਲਿਨਕਸ ਇਜ਼ ਅ ਸਰਵਰ ኦਪਰੇਟਿੰਗ ਪਰ ਆਪਾ ਦੱਸ ਦਿੰਦੇ ਆ ਪਹਿਲਾਂ ਲਿਸਟ ਆਫ ਡੈਸਕ ਡੈਸਕਟਾਪ ኦਪਰੇਟਿੰਗ ਸਿਸਟਮ ਕਿਹੜੇ ਕਿਹੜੇ ਨੇ ਵਿੰਡੋ ਹੈ ਐਮ ਐਸ ਵਿੰਡੋ ਨਹੀਂ ਆਉਣਾ ਸੀ ਇੱਥੇ ਐਮ ਐਸ ਹਾਂ ਠੀਕ ਹੈ ਆ ਦੁਬਾਰਾ ਲਿਖਦਾ ਮੈਂ ਐਮ ਐਸ ਵਿੰਡੋ ਲਾਈਨਿਕਸ ਉਬੰਟੂ ਐਮ ਐਕਸ ਮੈਕਓਐਸ ਫਿਡੋਰਾ ਸੋਲਰਿਸ ਫਰੀ ਬੀਡੀਐਸ ਕ੍ਰੋਮਓਐਸ ਸੈਂਟੋਐਸ ਕ੍ਰੋਮ ਦਾ ਵੀ ኦਪਰੇਟਿੰਗ ਸਿਸਟਮ ਹੈ ਜਿਵੇਂ ਆਪਣੇ ਕੋਲੇ ਗੂਗਲ ਕ੍ਰੋਮ ਹੈ ਹਨਾ ਉਵੇਂ ਹੀ ਇਹਨਾਂ ਦਾ ਵੀ ኦਪਰੇਟਿੰਗ ਸਿਸਟਮ ਹੈ ਜਿਹੜਾ ਡੈਸਕਟਾਪ ኦਪਰੇਟਿੰਗ ਸਿਸਟਮ ਹੈ ਤੇ ਫਿਰ ਹੈਗੇ ਨੇ ਸਰਵਰ ਸਾਈਡ ኦਪਰੇਟਿੰਗ ਸਿਸਟਮ ਸਰਵਰ ਸਾਈਡ ኦਪਰੇਟਿੰਗ ਸਿਸਟਮ ਕਿਹੜੇ ਹੁੰਦੇ ਨੇ ਸਰਵਰਸ ኦਪਰੇਟਿੰਗ ਸਿਸਟਮ ਆਰ ਡਿਜ਼ਾਈਨਡ ਫਾਰ ਪਲੈਟਫਾਰਮਸ ਦੈਟ ਐਕਟ ਐਜ਼ ਅ ਵੈਬ ਸਰਵਰ ਜਿਹੜੇ ਵੈਬ ਸਰਵਰ ਐਕਟ ਕਰਦੇ ਨੇ ਐਪਲੀਕੇਸ਼ਨ ਸਰਵਰ ਵੀ ਹੋ ਸਕਦੇ ਨੇ ਉਹ ਡਾਟਾਬੇਸ ਸਰਵਰ ਹੋ ਸਕਦੇ ਨੇ ਈਮੇਲ ਸਰਵਰ ਹੋ ਸਕਦੇ ਨੇ ਔਰ ਅਦਲ ਪਲੈਟਫਾਰਮਸ ਹੋ ਸਕਦੇ ਨੇ ਜਿਵੇਂ ਫੇਸਬੁੱਕ ਚਲਾਉਣੇ ਆਪਾਂ ਫੇਸਬੁੱਕ ਚਲਾਉਣ ਦੇ ਲਈ ਫੇਸਬੁੱਕ ਦਾ ਸਰਵਰ ਹੈ ਜੀਮੇਲ ਚਲਾਉਣੇ ਜੀਮੇਲ ਦਾ ਸਰਵਰ ਹੈ ਸਰਵਰ ਕੀ ਹੁੰਦੇ ਨੇ ਜਿਹੜੇ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਵੱਡੇ ਕੰਪਿਊਟਰ ਜਿਹੜੇ ਦੂਜੇ ਕੰਪਿਊਟਰਾਂ ਨੂੰ ਸਰਵਿਸਿਜ਼ ਦਿੰਦੇ ਨੇ ਉਹਨਾਂ ਨੂੰ ਸਰਵਰ ਬੋਲਦੇ ਆ ਤਾਂ ਉਹਨਾਂ ਤੇ ኦਪਰੇਟਿੰਗ ਸਿਸਟਮ ਵੀ ਅੱਡ ਹੋਊਗਾ ਕਿਉਂਕਿ ਜਾਦਾ ਬੰਦਿਆਂ ਨੂੰ ਉਹਨੇ ਹੈਂਡਲ ਕਰਨਾ ਹੈ ਤਾਂ ਉਹ ਸਰਵਰ ኦਪਰੇਟਿੰਗ ਸਿਸਟਮ ਹੁੰਦੇ ਨੇ ਕਿਹੜੇ-ਕਿਹੜੇ ਹੁੰਦੇ ਨੇ ਵਿੰਡੋ ਸਰਵਰ ਹੋ ਗਿਆ ਲਾਈਨਕਸ ਹੋ ਗਿਆ ਰੈਡ ਹਟ ਐਂਟਰਪ੍ਰਾਈਜ਼ ਲਾਈਨਕਸ ਰੈਲ ਵੀ ਬੋਲ ਦਿੰਦੇ ਆ ਯੂਨਿਕਸ ਬੇਸਡ ኦਪਰੇਟਿੰਗ ਸਿਸਟਮ ਨੈਟਵੇਅਰ ਮੈਕ ਆਸ ਸਰਵਰ ਫਰੀ ਬੀਡੀਐਸ ਤੇ ਹੁਣ ਆਪਾਂ ਗੱਲ ਕਰਾਂਗੇ ਪੌਪੂਲਰ ਜਿਹੜੇ ਲਿਨਕਸ ਸਰਵਰ ਨੇ ਲਿਨਕਸ ਦੇ ਕਿਹੜੇ ਨੇ 1 2 ਡੇਬੀਅਨ ਫਿਡੋਰਾ ਲਾਈਨਿਕਸ ਕਲੀਅਰ ਹੋ ਗਈ ਗੱਲ ਤਾਂ ਫਿਰ ਇਹਦੇ ਦੋਨੋਂ ਹੀ ਠੀਕ ਨੇ ਗੱਲਾਂ ਇਹ ਸਮਝ ਗਏ ਹੋਵਗੇ ਹੈਨਾ ਅਗਲਾ ਚੱਲਦੇ ਆ ਕਹਿੰਦਾ ਨੰਬਰ ਆਫ ਕਾਲਮਸ ਇਨ ਐਮ ਐਸ ਐਕਸਲ 2016 ਵਰਕਸ਼ੀਟ 2016 ਦੇ ਵਿੱਚ ਐਕਸਲ ਦੇ ਵਿੱਚ ਪੁੱਛਦਾ ਹੈ ਕਹਿੰਦਾ ਕਿੰਨੇ ਨੰਬਰ ਆਫ ਕਾਲਮਸ ਨੇ ਦੇਖੋ ਮੈਂ ਆਪਣੇ ਨੋਟਸਾਂ ਦੇ ਵਿੱਚ ਹੈਗੇ ਨੇ ਸਾਰੇ ਕੁਐਸਚਨ ਇਹ ਤੇ ਜੇ ਕਿਸੇ ਸਟੂਡੈਂਟ ਨੇ ਮੇਰੀਆਂ ਕਲਾਸਾਂ ਲਾਈਆਂ ਨੇ ਉਹਨਾਂ ਨੂੰ ਪਤਾ ਹੋਣਾ ਵੀ ਆਪਾਂ ਜਿਹੜਾ ਕੰਮ ਕਰਾਇਆ ਹੋਇਆ ਉਹਦੇ ਵਿੱਚੋਂ ਹੀ ਆਇਆ ਹੋਇਆ ਠੀਕ ਹੈ ਸੋ ਤੁਹਾਡੇ ਆਈ ਹੋਪ ਕਿ ਤੋ ਸਾਰੇ ਕੁਐਸਚਨ ਉੱਥੇ ਸੋਲਵ ਹੋਏ ਹੋਣਗੇ ਹਨ ਸੋ ਕਾਫੀ ਸੀਗੇ ਬੱਚੇ ਜੋ ਮੇਰੇ ਨਾਲ ਪਹਿਲਾਂ ਗੱਲ ਵੀ ਕਰਦੇ ਸੀ ਵੀ ਟੈਕਨੀਕਲ سپورਟ ਦਾ ਸਾਡਾ ਪੇਪਰ ਹੈ ਸੋ ਕਿੰਨੇ ਹੁੰਦੇ ਨੇ ਆਪਾਂ ਦੇਖ ਲੈਨੇ ਆ ਪਹਿਲਾਂ ਸਪਰੈਡ ਸ਼ੀਟ ਕੀ ਹੁੰਦੀ ਹੈ ਐਕਸਲ ਨੂੰ ਹੀ ਸਪਰੈਡ ਸ਼ੀਟ ਕਿਹਾ ਜਾਂਦਾ ਜਾਂ ਸਪਰੈਡ ਸ਼ੀਟ ਦਾ ਹੀ ਪਾਰਟ ਹੈ ਐਕਸਲ ਜਿਹਦੇ ਵਿੱਚ ਆਪਾਂ ਮੈਨਿਪੂਲੇਸ਼ਨ ਕਰ ਸਕਦੇ ਹਾਂ ਡਾਟਾ ਨੂੰ ਸਟੋਰ ਕਰ ਸਕਦੇ ਹਾਂ ਕੈਲਕੂਲੇਸ਼ਨਾਂ ਕਰ ਸਕਦੇ ਹਾਂ ਹਨ ਫਾਰਮੂਲੇ ਲਗਾ ਸਕਦੇ ਹਾਂ ਕਿਹੜੇ ਕਿਹੜੇ ਸਪਰੈਡ ਸ਼ੀਟ ਨੇ ਲੋਟਸ 1 2 3 ਮਾਈਕਰੋਸਾਫਟ ਵਰਕਸ ਸਪਰੈਡ ਸ਼ੀਟ ਓਪਨ ਆਫਿਸ ਕੈਲਸ ਗੂਗਲ ਡ ਉਵੇਂ ਐਵੇਂ ਦੀਆਂ ਇਹ ਵੀ ਬਹੁਤ ਸਾਰੀਆਂ ਨੇ ਓਪਨ ਆਫਿਸ ਦੇ ਵਿੱਚ ਵੀ ਇਹ ਸਪਰੈਡਸ਼ੀਟ ਹੁੰਦੀ ਆ ਠੀਕ ਹੈ ਤੇ ਮੈਕਸਿਮਮ ਨੰਬਰ ਆਫ ਰੋਜ਼ ਕਿੰਨੀਆਂ ਹੁੰਦੀਆਂ ਨੇ ਇਹ ਹੁੰਦੀਆਂ ਨੇ 1048576 ਇੰਨੀਆਂ ਰੋਜ਼ ਹੁੰਦੀਆਂ ਨੇ ਰੋਜ਼ ਕੀ ਹੁੰਦੀਆਂ ਨੇ ਦੇਖੋ ਆ ਪਹਿਲੀ ਰੋ ਦੂਜੀ ਰੋ ਇਸ ਤਰ੍ਹਾਂ ਕਰਕੇ ਹੈਨਾ ਪਹਿਲੀ ਰੋ ਦੂਜੀ ਰੋ ਤੀਜੀ ਰੋ ਚੌਥੀ ਰੋ ਪੰਜਵੀਂ ਰੋ ਛੇਵੀਂ ਰੋ ਉਵੇਂ ਕਾਲਮ ਹੁੰਦੇ ਨੇ ਪਹਿਲਾ ਕਾਲਮ ਦੂਜਾ ਕਾਲਮ C3 C2 C ਇਹਨੂੰ R ਲਿਖ ਲੈਂਦੇ ਆ ਰੋ ਹੈ ਨਾ R6 ਇਸ ਤਰ੍ਹਾਂ ਕਰਕੇ ਇਹ ਰੋ ਨੇ ਇਧਰ ਕਾਲਮ ਨੇ ਤਾਂ ਉਹਨੇ ਪੁੱਛਿਆ ਕੀ ਆਪਾਂ ਨੂੰ ਕਹਿੰਦਾ ਮੈਕਸਿਮਮ ਨੰਬਰ ਆਫ ਰੋਜ਼ ਕਿੰਨੀਆਂ ਨੇ ਇਹ ਹੈਗੇ ਨੇ 10,48,576 ਮੈਕਸਿਮਮ ਨੰਬਰ ਆਫ ਕਾਲਮਸ ਇਧਰ ਨੂੰ ਕਿੰਨੇ ਹੋ ਸਕਦੇ ਨੇ 16384 ਤੇ 2019 ਦੇ ਵਿੱਚ ਬਾਇ ਡਿਫਾਲਟ ਇੱਕੋ ਹੀ ਸ਼ੀਟ ਹੁੰਦੀ ਹੈ ਤੇ 2000 ਇਸ ਤੋਂ ਪਹਿਲਾਂ ਵਾਲੇ ਵਰਜ਼ਨ ਦੇ ਵਿੱਚ ਤਿੰਨ ਸ਼ੀਟਾਂ ਹੁੰਦੀਆਂ ਨੇ ਸ਼ੀਟ ਕਿਵੇਂ ਹੁੰਦੀ ਹੈ ਇੱਥੇ ਤੁਸੀਂ ਐਕਸਲ ਖੋਲੋਗੇ ਇੱਥੇ ਜਿ ਲਿਖਿਆ ਹੋਊਗਾ ਸ਼ੀਟ 1 ਲੈਫਟ ਹੈਂਡ ਸਾਈਡ ਤੇ ਸ਼ੀਟ 2 ਤੇ ਸ਼ੀਟ 3 ਜੇ ਤੁਹਾਡੇ ਕੋਲੇ 2019 ਆ ਤਾਂ ਉਹਦੇ ਚ ਇੱਕ ਸ਼ੀਟ ਆਊਗੀ ਕਲੀਅਰ ਹੋਈ ਗੱਲ ਤਾਂ ਫਿਰ ਆ ਅਨਸਰ ਹੈਗਾ ਹੈਗਾ 16384 834 ਵੀ ਪਾਈ ਬਠਾ ਨਾ ਆ ਕਮਾਤਾ 384 ਨੂੰ ਸੋ ਬੜਾ ਵਧੀਆ ਕੁਐਸਚਨ ਸੀਗਾ ਇਹ 384 ਉਵੇਂ ਹੀ ਕੁਝ ਵਰਡ ਦੇ ਵੀ ਮੈਂ ਕਰਵਾਏ ਹੋਏ ਸੀ ਤੁਸੀਂ ਦੇਖ ਲਓ ਬਾਇਡ ਫਾਲਟ ਫੌਂਟ ਕਲਿਬਰੀ ਹੁੰਦਾ ਸਾਈਜ਼ 11 ਹੁੰਦਾ ਹੈ ਮਿਨਿਮਮ ਨੰਬਰ ਆਫ ਰੋਸ ਤੇ ਕਾਲਮ ਵਰਡ ਦੇ ਵਿੱਚ ਇੱਕੋ ਹੀ ਰੋ ਹੁੰਦੀ ਹੈ ਤੇ ਇੱਕੋ ਹੀ ਕਾਲਮ ਹੁੰਦੀ ਹੈ ਬਾਇ ਡਿਫਾਲਟ ਮੈਕਸਿਮਮ ਨੰਬਰ ਆਫ ਕਾਲਮ ਕਿੰਨੇ ਹੋ ਸਕਦੇ ਨੇ 63 ਹੋ ਸਕਦੇ ਨੇ ਇੱਕ ਟੇਬਲ ਬਣਾਈਏ ਆਪਾਂ ਵਰਡ ਦੇ ਵਿੱਚ ਉਹਦੇ ਵਿੱਚ 63 ਕਾਲਮ ਹੋ ਸਕਦੇ ਨੇ ਤੇ ਰੋ ਕਿੰਨੀਆਂ ਹੋ ਸਕਦੀਆਂ ਨੇ ਅਨਲਿਮਿਟਿਡ ਜਿੰਨੇ ਮਰਜ਼ੀ ਪੇਜ ਖੋਲ ਲੋ ਚਾਹੇ 10000 80000 ਲੱਖ ਪੇਜ ਖੋਲ ਲੋ ਉਨੀਆਂ ਹੀ ਰੋ ਉਹਨੀਆਂ ਕਹਿੰਦੇ ਨੇ ਰੋ ਵਧੀ ਜਾਣੀਆਂ ਬਟ ਕਾਲਮ ਦੋਨਾਂ ਦੀ ਚੜਾਈ ਫਿਕਸ ਹੁੰਦੀ ਹੈ ਨਾ ਪੇਜ ਦੀ ਤਾਂ ਫਿਰ ਕਾਲਮ ਹੁੰਦੇ ਨੇ 63 ਤੇ ਡਾਕੂਮੈਂਟ ਦਾ ਨੇਮ ਬਾਇ ਡਿਫਾਲਟ ਡਾਕੂਮੈਂਟ 1 ਹੁੰਦਾ ਹੈ ਸਮੋਲੇਸਟ ਫੌਂਟ ਸਾਈਜ਼ 1 ਹੋ ਸਕਦਾ ਹੈ ਲਾਰਜੇਸਟ ਫੌਂਟ ਸਾਈਜ਼ 1638 ਇਹ ਪੁੱਛਿਆ ਜਾ ਸਕਦਾ ਹੈ ਇੰਪੋਰਟੈਂਟ ਹੈ ਚੀਜ਼ ਫੌਂਟ ਸਾਈਜ਼ ਬਾਇ ਡਿਫਾਲਟ ਤਾਂ ਨਹੀਂ ਪੁੱਛੂਗਾ ਬਾਇ ਡਿਫਾਲਟ ਪੁੱਛੂ ਸਕਦਾ 11 ਹੋ ਸਕਦਾ ਤੇ ਫੌਂਟ ਜਿਹੜਾ ਕਲੀਬਰੀ ਬੋਡੀ ਹੁੰਦਾ ਇਹਨੂੰ ਅਸੀਂ ਚੇਂਜ ਕਰ ਸਕਦੇ ਆਂ ਆਪਦੀ ਮਰਜ਼ੀ ਨਾਲ ਅਸੀਂ ਆਪਸ਼ਨ ਦੇ ਵਿੱਚ ਜਾ ਕੇ ਸੈਟਿੰਗ ਦੇ ਐਡਵਾਂਸ ਸੈਟਿੰਗ ਦੇ ਵਿੱਚ ਜਾ ਕੇ ਸਾਰੀਆਂ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ ਇੱਕ ਜ਼ੂਮ ਹੁੰਦਾ ਹੈ ਰਾਈਟ ਹੈਂਡ ਸਾਈਡ ਤੇ ਦੇਖ ਲਿਓ ਥੱਲੇ ਜੇ ਉਹ ਤੀਰ ਜਿਹਾ ਬਣਿਆ ਹੁੰਦਾ ਇਧ zoom ਵੱਧ ਜਾਂਦਾ ਉਹਦੇ ਵਿੱਚ ਜਾ ਕੇ ਦੇਖ ਲਿਓ ਤੁਸੀਂ ਮੈਨੂੰ ਵੀ ਗੱਲ ਯਾਦ ਆ ਗਈ ਕਿ ਜੇ ਘਟਣ ਵਾਲੇ ਪਾਸੇ ਲਿਖਿਆ ਹੋਇਆ zoom in ਤਾਂ zoom in ਦਾ ਮਤਲਬ ਘਟਣਾ ਤੇ ਜੇ ਇਧਰਲੇ ਪਾਸੇ zoom out ਲਿਖਿਆ ਹੋਇਆ ਤਾਂ ਮਤਲਬ zoom out ਘਟਣਾ ਉਹ ਤੁਸੀਂ ਚੈੱਕ ਕਰ ਲਿਓ ਠੀਕ ਹੈ ਹੁਣ ਹੀ ਪਤਾ ਲੱਗ ਜੂ ਜੇ ਤੁਹਾਡੇ ਕੋਲ ਕੰਪਿਊਟਰ ਤੇ ਬੈਠੇ ਦੇਖ ਰਹੇ ਹੋ ਵੀਡੀਓ ਤਾਂ ਤਾਂ ਮਿਨੀਮਮ zoom ਪਰਸੈਂਟੇਜ 10 ਠੀਕ ਹੈ ਮੈਕਸਿਮਮ zoom ਪਰਸੈਂਟੇਜ 500 ਪਹਿਲਾਂ 400 ਸੀ ਬਟ ਅੱਜਕੱਲ ਵਰਡ ਦੀ ਗੱਲ ਕਰ ਰਹੇ ਹਾਂ ਐਕਸਲ ਦੇ ਵਿੱਚ ਵੀਰੀ ਹੋ ਸਕਦੀ ਹੈ ਵਰਡ ਦੇ ਵਿੱਚ ਅੱਜਕੱਲ 500 ਹੈ ਤੇ ਪੇਜ ਦੀ ਓਰੀਐਂਟੇਸ਼ਨ ਬਾਇ ਡਿਫਾਲਟ ਪੋਰਟਰੇਟ ਹੈ ਤੇ ਮਾਰਜਨ ਉੱਪਰੋਂ ਨੀਚੋਂ ਆਸੇ ਪਾਸੇ 1 ਇੰਚ ਦਾ ਹੋ ਸਕਦਾ ਹੈ ਇਹਦੇ ਤੇ ਬਣ ਸਕਦਾ ਹੈ ਕੁਐਸਚਨ ਠੀਕ ਹੈ ਅਗਲਾ ਕੁਐਸਚਨ ਵਿੱਚੋਂ ਦੀ ਫੋਲੋਇੰਗ ਇਜ਼ ਐਨ ኦਪਰੇਟਿੰਗ ਸਿਸਟਮ ਸੌਫਟਵੇਅਰ ਕਿਹੜਾ ኦਪਰੇਟਿੰਗ ਸਿਸਟਮ ਸੌਫਟਵੇਅਰ ਹੈ ਪਾਵਰਪੁਆਇੰਟ ਵੀ ኦਪਰੇਟਿੰਗ ਸਿਸਟਮ ਸੌਫਟਵੇਅਰ ਨਹੀਂ ਹੈ ਐਮ ਐਸ ਐਕਸੈਸ ਵੀ ਨਹੀਂ ਹੈ ਇਹ ਸਾਰੇ ਐਮ ਐਸ ਆਫਿਸ ਦਾ ਪਾਰਟ ਨੇ ਇਹ ਵੀ ਆਫਿਸ ਦਾ ਪਾਰਟ ਹੈ ਤੇ ਲਾਸਟ ਵਾਲਾ ਵੀ ਆਫ ਮੋਬਾਈਲ ኦਪਰੇਟਿੰਗ ਸਿਸਟਮ ਐਪਲ ਦਾ ਆਪਾਂ ਨੂੰ ਪਤਾ ਹੈ ਨਾ ਬਰੇਟਿੰਗ ਸਿਸਟਮ ਸੌਫਟਵੇਅਰ ਵਿਚ ਆਫ ਦਾ ਫੋਲੋਇੰਗ ኦਪਰੇਟਿੰਗ ਸਿਸਟਮ ਸੌਫਟਵੇਅਰ ਕਲੀਅਰ ਹੋਈ ਆਈਓਐਸ ਹੈਗਾ ਚਲੋ ਇਹਦੀ ਤਾਂ ਲੋੜ ਨਹੀਂ ਹਜੇ ਆਈਓਐਸ ਠੀਕ ਹੈ ਗੱਲ ਅੱਗੇ ਚੱਲਦੇ ਹਾਂ ਅਸਿਊਮ ਦੈਟ 10 20 30 ਐਂਡ 40 ਆਰ ਸਟੋਰਡ ਇਨ ਸੈੱਲ A1 A2 A3 ਐਂਡ A4 ਆਫ ਐਕਸਲ ਵਰਕਸ਼ੀਟ ਇਫ ਯੂ ਸਿਲੈਕਟ ਦੀ ਸੈੱਲ A to a4 ਜਿਹੜਾ ਆਪ ਜੇਕਰ ਆਪਾ ਸੈੱਲ ਨੂੰ ਸਿਲੇਕਟ ਕਰ ਲਈਏ a1 ਤੋਂ ਲੈ ਕੇ a4 ਤੱਕ ਐਂਡ ਕਲਿੱਕ ਔਨ ਦੀ ਆਟੋ ਸਮ ਕਮਾਂਡ ਬਟਨ ਦੈਨ ਡੈਸ਼ ਵਿਲ ਡਿਸਪਲੇ ਇਨ ਦੈ ਡੈਸ਼ ਹਲ ਕਿਹੜੇ ਸੈੱਲ ਦੇ ਵਿੱਚ ਕਿਹੜੀ ਵੈਲਿਊ ਆਊਗੀ ਪਹਿਲਾਂ ਤਾਂ ਇਹ ਇੱਕ ਐਗਜ਼ਾਮਪਲ ਹੈ ਉਹ ਕਹਿੰਦਾ a1 ਦੇ ਵਿੱਚ 10 ਹੈ a2 ਦੇ ਵਿੱਚ 20 ਹੈ 3 ਦੇ ਵਿੱਚ 30 ਹੈ a4 ਦੇ ਵਿੱਚ 40 ਹੈ ਕਹਿੰਦਾ ਇਹਨੂੰ ਸਿਲੇਕਟ ਕਰ ਲਈਏ ਇੱਥੋਂ ਤੱਕ ਤੇ ਫਿਰ ਇੱਥੇ ਜਾ ਕੇ ਆਟੋ ਸਮ ਤੇ ਕਲਿੱਕ ਕਰ ਦਈਏ ਆ ਦੇਖੋ ਆਟੋ ਸਮ ਹੈ ਨਾ ਇਹ ਆਟੋ ਆਟੋਮੈਟਿਕਲੀ ਐਡ ਆਟੋ ਸਮ ਕੀ ਕਰੂਗਾ ਇੱਕ ਤਾਂ ਇਹ 100 ਕਰ ਦਊਗਾ ਵੈਲਿਊ ਕਿੱਥੇ ਆਊਗੀ A5ਵੇਂ ਦੇ ਵਿੱਚ ਜਿੱਥੋਂ ਇਹ ਵੈਲਿਊ ਖਤਮ ਹੁੰਦੀ ਹੈ ਨਾ ਜੇ ਜਦੋਂ ਅਸੀਂ ਇਹਨਾਂ ਨੂੰ ਸਿਲੈਕਟ ਕਰਕੇ ਲਾਵਾਂਗੇ ਤਾਂ ਨਾਲ ਵਾਲੇ ਕਾਲਮ 'ਚ ਉਹਦਾ ਆਨਸਰ ਦੱਸ ਦਿੰਦਾ ਹੈ ਆਨਸਰ 100 ਆਊਗਾ ਤੇ A5 ਦੇ ਵਿੱਚ ਠੀਕ ਹੈ ਤਾਂ ਉਹ B1 ਵੀ ਕਹਿ ਰਿਹਾ ਵੀ ਕੀ ਕਹਿੰਦਾ 100 ਤੇ B1 ਦੇ ਵਿੱਚ ਆਊਗਾ B1 ਤਾਂ ਆ ਬਣਦਾ ਹੈਗਾ ਕੀ ਇਹਦਾ ਸਾਮ ਕਰ ਦਈਏ ਜੇ ਆਪਾਂ ਸਾਰਿਆਂ ਦਾ ਇਹਦੇ ਵਿੱਚ ਆਊਗਾ ਨਹੀਂ ਜੇ ਇਹਨੂੰ ਸਾਰਿਆਂ ਨੂੰ ਸਿਲੈਕਟ ਕਰ ਦਾਂਗੇ ਬਾਇਡ ਹਾਲ ਟੋ ਦੇ ਨੀਚੇ ਹੀ ਜਾਂਦਾ ਹੁੰਦਾ ਥੱਲੇ ਜਾਊਗਾ ਕਲੀਅਰ ਹੋਈ ਗੱਲ ਪਹਿਲਾ ਆਨਸਰ ਹੈ ਅਗਲਾ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਨੈਟਵਰਕ ਟੋਪੋਲੋਜੀ ਟੋਪੋਲੋਜੀਸ ਨਹੀਂ ਆਉਣਾ ਯਾਰ ਸਾਰਿਆਂ ਥਾਂ ਇਸ ਕਿਉਂ ਲਾ ਦਿੰਦਾ ਮੈਂ ਟਾਈਪ ਵੇਲੇ ਵਿਚ ਆਫ ਦੀ ਫੋਲੋਇੰਗ ਨੈਟਵਰਕ ਟੋਪੋਲੋਜੀ మేਕ ਏ ਸਰਕੂਲਰ ਥੈਟ ਇਜ਼ ਈਚ ਨੋਡ ਇਜ਼ ਕਨੈਕਟਡ ਵਿਦ ਟੂ ਐਡਜਸੈਂਟ ਨੋਡਸ ਇਨ ਦੀ ਨੈਟਵਰਕਸ ਕਹਿੰਦਾ ਸਰਕੂਲਰ ਸ਼ੇਪ ਦੇ ਵਿੱਚ ਕੰਪਿਊਟਰ ਜੁੜੇ ਹੋਏ ਨੇ ਤੇ ਹਰੇਕ ਨੋਡ ਆ ਜਿਹੜਾ ਐਡਜਸੈਂਟ ਹੈ ਆਹ ਹੈ ਇਹਦੇ ਐਡਜਸੈਂਟ ਐਡਜਸੈਂਟ ਦਾ ਮਤਲਬ ਹੁੰਦਾ ਨਾਲ ਲੱਗਦਾ ਈਚ ਨੋਡ ਟੂ ਐਡਜਸੈਂਟ ਨੋਡ ਆ ਆ ਦੇਖੋ ਈਚ ਨੋਡ ਇਜ਼ ਕਨੈਕਟਡ ਵਿਦ ਹਾਂ ਇਹ ਆਹ ਗੱਲ ਕਹਿ ਰਿਹਾ ਹਰੇਕ ਨੋਡ ਆ ਜਿਹੜਾ ਦੋ ਐਡਜਸੈਂਟ ਨੋਡ ਨਾਲ ਜੁੜਿਆ ਇੱਕ ਇਧਰਲੇ ਪਾਸੇ ਐਡਜਸੈਂਟ ਹੋ ਗਿਆ ਤੇ ਇੱਕ ਇਧਰਲੇ ਪਾਸੇ ਇੱਕ ਇਹਦਾ ਰਾਈਟ ਆ ਇਹਦਾ ਰਾਈਟ ਐਡਜਸੈਂਟ ਆ ਇਹਦਾ ਲੈਫਟ ਐਡਜਸੈਂਟ ਉਹ ਵਾਲੀ ਟੋਪੋਲੋਜੀ ਨੂੰ ਆਪਾਂ ਨੂੰ ਚੰਗੀ ਤਰ੍ਹਾਂ ਪੜ੍ਹੀ ਹੋਈ ਹੈ ਕਿਹੜੀ ਟੋਪੋਲੋਜੀ ਹੈ ਉਹ ਭੁੱਲ ਤਾਂ ਵੈਸੇ ਮੈਂ ਵੀ ਗਿਆ ਰਿੰਗਡ ਟੋਪੋਲੋਜੀ ਹੈ ਯਾਦ ਆ ਗਈ ਨੇ ਟਾਈਮ 'ਚ ਹੀ ਦੇਖੋ ਰਿੰਗਡ ਟੋਪੋਲੋਜੀ ਦੀ ਸਟਾਰ ਹੁੰਦੀ ਹੈ ਸੈਂਟਰਲ ਡਿਵਾਈਸ ਹੱਬ 스ਵਿਚਰ ਰਾਊਟਰ ਨਾਲ ਜੁੜੀ ਹੋ ਸਕਦੀ ਹੈ ਮੈਸ਼ਡ ਟੋਪੋਲੋਜੀ ਪਾਰਸ਼ਲੀ ਮੈਸ਼ ਫੁੱਲੀ ਮੈਸ਼ ਫੁੱਲੀ ਮੈਸ਼ ਕਿਹੜੀ ਹੁੰਦੀ ਹੈ ਜਿਹੜੀ ਸਾਰੇ ਕੰਪਿਊਟਰ ਡੈਡੀਕੇਟਲੀ ਇੱਕ ਦੂਜੇ ਨਾਲ ਜੁੜੇ ਨੇ ਆ ਦੇਖੋ ਆ ਕੰਪਿਊਟਰ ਇਹਦੇ ਨਾਲ ਵੀ ਜੁੜਿਆ ਇੱਧਰ ਵੀ ਜੁੜਿਆ ਇੱਧਰ ਵੀ ਜੁੜਿਆ ਇੱਧਰ ਵੀ ਜੁੜਿਆ ਇੱਧਰ ਵੀ ਜੁੜਿਆ ਡੈਡੀਕੇਟਿ ਫਿਰ ਰਿੰਗ ਟਪੋਲੋਜੀ ਦੇ ਵਿੱਚ ਸਰਕੂਲਰ ਸ਼ੇਪ ਚ ਜੁੜੇ ਹੋਏ ਨੇ ਬਾਸ ਟਪੋਲੋਜੀ ਦੇ ਵਿੱਚ ਇੱਕ ਸੈਂਟਰਲ ਕੇਬਲ ਦੇ ਨਾਲ ਜੁੜੇ ਹੋਏ ਨੇ ਸਾਰੇ ਡਿਵਾਈਸ ਤੇ ਲਾਈਨ ਦੇ ਵਿੱਚ ਇੱਕ ਦੂਜੇ ਕੰਪਿਊਟਰਾਂ ਦੇ ਵਿੱਚੋਂ ਤਾਰਾਂ ਲੱਗੀਆਂ ਨੇ ਇਹਨਾਂ ਦੋਨਾਂ 'ਚ ਪਤਾ ਕੀ ਫਰਕ ਹੈ ਇਹਦੇ 'ਚ ਇੱਕ ਕੇਬਲ ਬਿਛਾਤੀ ਉਹਦੇ ਤੇ ਤਾਰਾਂ ਲਾਤੀਆਂ ਇਹਦੇ 'ਚ ਪਹਿਲਾਂ ਪਹਿਲੇ ਕੰਪਿਊਟਰ ਤੋਂ ਦੂਜੇ 'ਚ ਦੂਜੇ 'ਚ ਤੀਜੇ 'ਚ ਫਿਰ ਇੱਕ ਟਰੀ ਫਾਰਮ ਵੀ ਹੁੰਦੀ ਹੈ ਕਲੀਅਰ ਹੋਈ ਗੱਲ ਤਾਂ ਫਿਰ ਇਹਦਾ ਆਨਸਰ ਹੈ ਚੌਥਾ ਠੀਕ ਹੈ ਅਗਲਾ ਆ ਗਿਆ ਏ ਜਾਂ ਐਨ ਇਹਨਾਂ ਚੋ ਏ ਵਾਲਾ ਹੋਊਗਾ ਕ ਬੋਬਲ ਆ ਦੇਖੋ ਜਾਂ ਤਾਂ ਆ ਹੋ ਸਕਦਾ ਜੇ ਦੂਜਾ ਲੱਗੇ ਤਾਂ ਐਨ ਆਊਗਾ ਇਸ ਏ ਫਾਰਮ ਆਫ ਕੰਪਿਊਟਰ दैट ਯੂਜ਼ ਕੰਟੀਨਿਊਸਲੀ ਚੇਂਜੇਬਲ ਪ੍ਰੋਸੈਸ ਆਸਪੈਕਟਸ ਆਫ ਫਿਜ਼ੀਕਲ ਫੀਨੋਮਨਾ ਕਹਿੰਦਾ ਕੰਟੀਨਿਊਸਲੀ ਚੇਂਜੇਬਲ ਹੈ ਆਸਪੈਕਟਸ ਆਫ ਫਿਜ਼ੀਕਲ ਫੀਨੋਮਨਾ ਸਚ ਐਜ਼ ਇਲੈਕਟ੍ਰੀਕਲ ਮੈਕੈਨਿਕਲ ਐਂਡ ਹਾਈਡਰੋਲਿਕ ਕੁਆਂਟੀਟੀ ਟੂ ਮਾਡਲ ਦੀ ਪ੍ਰੋਬਲਮ ਬੀਇੰਗ ਸੋਲਵ ਦੇਖੋ ਇਹ ਸਿੱਧੀ ਲਾਈਨ ਚੱਕ ਕੇ ਵਿਕੀਪੀਡੀਆ ਦੇ ਪੇਜ ਤੋਂ ਪਾਈ ਹੋਈ ਹੈ ਕਹਿੰਦਾ ਐਨਲੌਗ ਆਨਸਰ ਤਾਂ ਇਹਦਾ ਐਨਲੌਗ ਹੈ ਐਨਲੌਗ ਕੰਪਿਊਟਰ ਔਰ ਐਨਲੌਗ ਕੰਪਿਊਟਰ ਇਜ਼ ਅ ਟਾਈਪ ਆਫ ਕੰਪਿਊਟਰ दैट ਯੂਜ਼ ਕੰਟੀਨਿਊਸ ਵੇਰੀਏਸ਼ਨ ਆਸਪੈਕਟਸ ਆਫ ਫਿਜ਼ੀਕਲ ਫੀਨੋਮਨਾ ਦੇਖੋ ਕੰਟੀਨਿਊਸ ਵੇਰੀਏਸ਼ਨ ਆਫ ਫਿਜ਼ੀਕਲ ਫੀਨੋਮਨਾ ਚੇਂਜੇਬਲ ਫੀਨੋਮਨਾ ਸਚ ਐਜ਼ ਇਲੈਕਟ੍ਰੀਕਲ ਮਕੈਨੀਕਲ ਐਂਡ ਹਾਈਡਰੋਲਿਕ ਕੁਆਂਟੀਟੀ ਤਾਂ ਦੇਖੋ ਬੜਾ ਵਧੀਆ ਹੈ ਨਾ ਉਹਨੇ ਚੱਕ ਕੇ ਪਾਇਆ ਇਹ ਕਿਹੜਾ ਕੰਪਿਊਟਰ ਹੁੰਦਾ ਹੈ ਇਹ ਐਨਲੌਗ ਕੰਪਿਊਟਰ ਹੁੰਦਾ ਹੈ ਆਪਾਂ ਦੇਖਦੇ ਹਾਂ ਐਨਲੌਗ ਕਿਹੜਾ ਹੁੰਦਾ ਹੈ ਜਿਵੇਂ ਐਨਲੌਗ ਸਿਗਨਲ ਹੈ ਇਹ ਜਿਵੇਂ ਆਪਾਂ ਕਹਿ ਦਈਏ ਇਹ ਆਪਾਂ ਕਹਿ ਦਈਏ 1 ਕਿਲੋ ਮੰਨ ਲਓ ਖੰਡ ਦੀ ਗੱਲ ਕਰ ਰਹੇ ਹਾਂ 1 ਕਿਲੋ 슈ਗਰ ਹੈ ਇਹ ਤੇ ਇਧਰ ਨੂੰ ਪੈਸੇ ਨੇ ਇੱਥੇ ਆ ਗਏ ਨੇ 40 ਰੁਪਏ 40 ਰੁਪਏ ਨੇ ਆਪਣੇ ਕੋਲੇ ਤੇ ਜੇ 슈ਗਰ ਵਧੀ ਜਾਊ ਕਿਲੋ ਤੋਂ ਉੱਪਰ ਨੂੰ ਜਾਈ ਜਾਵਾਂਗੇ ਆਪਾਂ ਹਨਾ ਤਾਂ ਉਹਦਾ ਰੇਟ ਵੱਧਾ ਜਾਊਗਾ ਜੇ ਹੁਣ ਆਪਾਂ ਇੱਥੇ ਮੰਨ ਲਓ 2 ਕਿਲੋ ਐ 2 ਕਿਲੋ ਐ ਤਾਂ ਇੱਥੋਂ ਜਾ ਕੇ ਦੇਖਾਂਗੇ 80 ਰੁਪਏ ਹੋ ਜਾਣਗੇ ਤਾਂ 1 ਕਿਲੋ ਤੋਂ ਬਾਅਦ ਜਿਹੜੀਆਂ ਵੈਲਿਊ ਨੇ 1 ਕਿਲੋ 100 ਗ੍ਰਾਮ 1 ਕਿਲੋ 200 ਗ੍ਰਾਮ ਕਿਲੋ 300 ਗ੍ਰਾਮ ਆਇਆਂ ਕਰ ਕਿਲੇ ਆਵਾਂਗੇ ਤਾਂ ਪੈਸੇ ਅੱਡ-ਅੱਡ ਹੋਈ ਜਾਣਗੇ ਤਾਂ ਇਹ ਕੀ ਨੇ ਆਪਣੇ ਕੋਲੇ ਕੰਟੀਨਿਊਸ ਵੈਲਿਊ ਨੇ ਇੱਕ ਤੋਂ ਜ਼ਿਆਦਾ ਵੈਲਿਊਜ਼ ਨੇ ਹਨਾ ਚਾਹੇ ਤੁਸੀਂ 1 ਰੁਪਏ ਦੀ ਖੰਡ ਵੀ ਲੈ ਲਓ ਚਾਹੇ 2 ਦੀ ਚਾਹੇ 5 ਦੀ ਚਾਹੇ 1.5 ਦੀ ਲੈ ਲਓ 20.5 ਦੀ ਲੈ ਲਓ ਉਹਦੀ ਵੈਲਿਊ ਨਿਕਲੇ ਨਿਕਲੇ ਹੋਗੀ ਨਾ 1000 ਗ੍ਰਾਮ ਆਪਾਂ ਨੂੰ ਪਤਾ ਹੈ 1000 ਗ੍ਰਾਮ ਮਿਲਦੀ ਹੈ 40 ਰੁਪਏ ਦੀ ਤਾਂ 1 ਗ੍ਰਾਮ ਦਾ ਮੁੱਲ ਨਿਕਲੇਗਾ ਹਰੇਕ ਦੇ ਆਪਾਂ ਪੈਸੇ ਕੱਢ ਲਾਂਗੇ ਤਾਂ ਬਹੁਤ ਸਾਰੀਆਂ ਵੈਲਿਊਜ਼ ਲਾਈ ਕਰਦੀਆਂ ਨੇ ਤਾਂ ਐਨਲੌਗ ਸਿਗਨਲ ਕੀ ਹੁੰਦਾ ਜਿੱਥੇ ਕੰਟੀਨਿਊਸ ਚੇਂਜੇਬਲ ਵੈਲਿਊਜ਼ ਹੁੰਦੀਆਂ ਨੇ ਜਿਵੇਂ ਆਹ ਦੇਖ ਲਓ ਕੰਟੀਨਿਊਸ ਵੈਲਿਊਜ਼ ਨੇ ਤੇ ਡਿਜੀਟਲ ਜਿਹੜਾ ਹੁੰਦਾ ਜਿਹਦੇ ਵਿੱਚ ਡਿਸਕ੍ਰੀਟ ਵੈਲਿਊਜ਼ ਨੇ 4:12 ਹੋ ਗਏ ਜਾਂ ਤਾਂ 4:13 ਹੋਣਗੇ ਜਾਂ 12 ਐ ਨਹੀਂ ਹੈਗਾ ਵੀ 12.1 ਮਿੰਟ ਹੋ ਗਿਆ 12.2 ਮਿੰਟ ਹੋ ਗਏ ਹੈਨਾ ਸੋ ਇਹ ਹੁੰਦਾ ਡਿਜੀਟਲ ਕਲॉक ਤਾਂ ਇਹ ਜਿਵੇਂ ਹੈਗਾ ਹੀ ਹੈ ਕੁਸ਼ਚਨ ਸੌਰੀ ਡਿਸਪਲੇ ਕੀਤਾ ਹੋਇਆ ਆਪਾਂ ਇਨਫਰਮੇਸ਼ਨ ਇਹ ਹੈਗਾ ਐਨਾਲੌਗ ਆ ਦੇਖੋ ਐਨਾਲੌਗ ਦੇ ਵਿੱਚ ਇੱਥੇ ਜਿਵੇਂ ਆਪਾਂ ਗੱਲ ਕੀਤੀ ਸੀਗੀ ਇਹ ਹੈਗੀ ਹੈਗੀ ਕਿਲੋ 1 ਕਿਲੋ 슈ਗਰ ਇਹ ਹੈਗੇ ਨੇ ਪੈਸੇ 1 ਕਿਲੋ ਦਾ ਰੇਟ ਹੈਗਾ ਇੱਥੇ 40 ਰੁਪਏ ਤੇ ਫਿਰ ਜੇ ਆਪਾਂ ਜਿਵੇਂ ਜਿਵੇਂ ਵਧੀ ਜਾਊਗਾ 1 ਕਿਲੋ ਤੋਂ 20 ਰੁਪਏ ਦੀ ਅੱਧਾ ਕਿਲੋ ਮਿਲੂਗੀ ਆਪਾਂ ਨੂੰ ਪਤਾ ਇਥੋਂ ਲੈ ਕੇ ਐ ਲੈ ਜਾਾਂਗੇ 0.5 kg ਆਜੂ ਹਨਾ ਤਾਂ ਹਰੇਕ ਪੁਆਇੰਟ ਤੇ ਵੈਲਿਊਜ਼ ਨੇ 100 ਗ੍ਰਾਮ 200 ਗ੍ਰਾਮ 300 400 500 ਹਰੇਕ ਤੇ ਆਪਾਂ ਨੂੰ ਕੀ ਮਿਲ ਰਹੀਆਂ ਨੇ ਕੰਟੀਨਿਊਸ ਵੈਲਿਊ ਮਿਲ ਰਹੀਆਂ ਨੇ ਤਾਂ ਐਨਲੌਗ ਸਿਗਨਲ ਕੀ ਹੁੰਦਾ ਜਿਹਦੇ ਵਿੱਚ ਕੰਟੀਨਿਊਸ ਵੈਲਿਊਜ਼ ਹੁੰਦੀਆਂ ਨੇ ਇੱਕ ਗੱਲ ਯਾਦ ਰੱਖਿਓ ਜਿੱਥੇ ਕੰਟੀਨਿਊਸ ਆ ਗਿਆ ਉਹ ਐਨਲੌਗ ਹੈ ਜਿੱਥੇ ਡਿਸਕ੍ਰੀਟ ਆ ਗਿਆ ਦੇਖੋ ਇੱਥੇ ਆਪਾਂ ਗੱਲ ਕੀਤੀ ਹੈ 1 ਕਿਲੋ ਦੀ ਤਾਂ 1 ਕਿਲੋ ਹੈਗਾ 40 ਰੁਪਏ ਦਾ ਠੀਕ ਹੈ 40 ਰੁਪਏ ਦਾ 1 ਕਿਲੋ ਹੈ ਤੇ ਆ 40 ਰੁਪਏ ਹੀ ਨੇਗੇ ਚੱਲ ਰਹੇ ਨੇ ਆ ਦੇਖਿਓ 1 ਕਿਲੋ ਹਾਰਿਆ 1 ਕਿਲੋ ਖਰੀਦਿਆ ਇੱਕ ਤੋਂ ਬਾਅਦ ਬਿਲਕੁਲ ਹੀ ਜ਼ੀਰੋ ਕਰਤੀ ਉਹਨੇ ਕੁਝ ਵੀ ਨਹੀਂ ਖਰੀਦਿਆ ਠੀਕ ਹੈ ਤਾਂ ਡਿਸਕ੍ਰੀਟ ਦੇ ਵਿੱਚ ਤਾਂ ਕੰਟੀਨਿਊਸ ਵੈਲਿਊ ਨੇ ਡਿਜੀਟਲ ਦੇ ਵਿੱਚ ਦੇਖੋ ਜਾਂ ਤਾਂ ਬੰਨ ਇਹਨੂੰ ਆਪਾਂ ਬੰਨ ਮੰਨਦੇ ਆ ਇਨੂੰ ਆਪਾਂ 0 ਮੰਨਦੇ ਆ ਹਨਾ ਇਹ 0 ਹੈ ਜਾਂ 1 ਦੇ ਵਿੱਚ ਦੋ ਹੀ ਵੈਲਿਊ ਹੋ ਸਕਦੀਆਂ ਨੇ 0 ਹੋ ਸਕਦੀਆਂ ਨੇ ਹੋ ਸਕਦੀ ਹੈ ਜਾਂ 1 ਹੋ ਸਕਦੀ ਹੈ ਕਲੀਅਰ ਹੋਈ ਗੱਲ ਸੋ ਮੈਨੂੰ ਲੱਗਿਆ ਮੈਂ ਵਧੀਆ ਨਹੀਂ ਸਮਝਾ ਪਾਇਆ ਕਿਉਂਕਿ ਮੇਰਾ ਡਿਸਟਰਬੈਂਸ ਨਾਲ ਨਾ ਉਹ ਥੋੜਾ ਜਿਹਾ ਕਨਸੈਂਟਰੇਸ਼ਨ ਖਰਾਬ ਹੋ ਜਾਂਦੀ ਹੈ ਮੈਨੂੰ ਬਹੁਤ ਜ਼ਿਆਦਾ ਕਨਸੈਂਟਰੇਸ਼ਨ ਚਾਹੀਦੀ ਹੈ ਤਾਂ ਕਰਕੇ ਤੁਹਾਨੂੰ ਵੀ ਪਤਾ ਲੱਗਿਆ ਹੋਣਾ ਹੋਵੇ ਉਹ ਗੱਲ ਜੀ ਬਣੀ ਨਹੀਂ ਚਲ ਕੋਈ ਨਹੀਂ ਨਾ ਕਿ ਸਮਝ ਲਓ ਯਾਰ ਵੀ ਜਿੱਥੇ ਕੰਟੀਨਿਊਸ ਵੈਲਿਊਜ਼ ਹੁੰਦੀਆਂ ਨੇ ਚੇਂਜੇਬਲ ਵੈਲਿਊਜ਼ ਨੇ ਕਿਉਂਕਿ ਇੱਕ ਤਾਂ ਐਗਜ਼ਾਮਪਲਾਂ ਨਹੀਂ ਫਿੱਟ ਜੇ ਬੈਠੀਆਂ ਤੁਹਾਨੂੰ ਵੀ ਪਤਾ ਲੱ ਜਿੱਥੇ ਕੰਟੀਨਿਊਸ ਤੇ ਚੇਂਜੇਬਲ ਵੈਲਿਊਜ਼ ਨੇ ਉਹ ਐਨਲੌਗ ਹੈ ਜਿੱਥੇ ਡਿਸਕ੍ਰੀਟ ਵੈਲਿਊਜ਼ ਨੇ ਉਹ ਡਿਜੀਟਲ ਹੈ ਬਸ ਇੰਨੀ ਗੱਲ ਯਾਦ ਰੱਖ ਲਓ ਕਿਸੇ ਹੋਰ ਵੀਡੀਓ ਚ ਸਮਝਾਉਂਗਾ ਐਨਲੌਗ ਤੇ ਡਿਜੀਟਲ ਕੀ ਹੁੰਦੇ ਆ ਕਲੀਅਰ ਹੋਈ ਗੱਲ ਅੱਗੇ ਵਿੱਚੋਂ ਦੀ ਫੋਲੋਇੰਗ ਇਜ਼ ਐਨ ਆਊਟਪੁੱਟ ਡਿਵਾਈਸ ਇਹ ਟ ਲਿਖਿਆ ਜੋ ਕਿਹੜਾ ਆਊਟਪੁੱਟ ਡਿਵਾਈਸ ਹੈ ਮਾਊਸ ਹੈ ਇਨਪੁੱਟ ਹੈ ਲਾਈਟ ਪੈਨ ਵੀ ਇਨਪੁੱਟ ਹੈ ਸਕੈਨਰ ਵੀ ਇਨਪੁੱਟ ਹੈ ਪ੍ਰੋਜੈਕਟਰ ਪ੍ਰੋਜੈਕਟਰ ਆਪਾਂ ਨੂੰ ਕੀ ਪਤਾ ਹੈ ਆਊਟਪੁੱਟ ਡਿਵਾਈਸ ਹੈ ਕਲੀਅਰ ਹੋਈ ਗੱਲ ਅਗਲਾ ਕੁਐਸਚਨ ਕਹਿੰਦਾ ਵਿੱਚੋਂ ਦੀ ਫੋਲੋਇੰ ਵਿਚੋਂ ਦੀ ਫਾਲੋਇੰਗ ਸਟੇਟਮੈਂਟ ਇਜ਼ ਟru ਬਾਊਟ ਥਰੈਡ ਇਨ ਐਨ ኦਪਰੇਟਿੰਗ ਸਿਸਟਮ ਕਹਿੰਦਾ ኦਪਰੇਟਿੰਗ ਸਿਸਟਮ ਦੇ ਵਿੱਚ ਥਰੈਡ ਦੇ ਬਾਰੇ ਕੋਈ ਗੱਲਬਾਤ ਦੱਸੋ ਕਹਿੰਦਾ ਕਿਹੜੀ ਇਹਨਾਂ ਚੋਂ ਠੀਕ ਆ ਟru ਪੁੱਛ ਰੇ ਨਾ ਇਹਨੂੰ ਤਾਂ ਅਸੀਂ ਗੋਲਾ ਲਾਉਣਾ ਹੀ ਲਾਉਣਾ ਆਪਾਂ ਹਨਾ ਕਹਿੰਦਾ ਥਰੈਡ ਕੈਨ ਐਗਜ਼ੀਕਿਊਟ ਪਹਿਲਾਂ ਪੜਦੇ ਆ ਛੱਡੋ ਯਾਰ ਇਹਨੂੰ ਆਪਣੇ ਕੋਲੇ ਪ੍ਰੋਗਰਾਮ ਹੁੰਦਾ ਪ੍ਰੋਸੈਸ ਹੁੰਦੀ ਆ ਪ੍ਰੋਗਰਾਮ ਕੀ ਹੁੰਦਾ ਸੀਕੁਐਂਸ ਆਫ ਇਨਸਟਰਕਸ਼ਨ ਜਾਂ ਸੈੱਟ ਆਫ ਇਨਸਟਰਕਸ਼ਨ ਇਜ਼ ਕਾਲਡ ਪ੍ਰੋਗਰਾਮ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਪ੍ਰੋਸੈਸਸ ਹੋ ਸਕਦੀਆਂ ਨੇ ਇਹ ਵੀ ਆਪਾਂ ਚੰਗੀ ਤਰ੍ਹਾਂ ਪੜ ਲਿਆ ਕਿ ਐਨੀ ਪ੍ਰੋਗਰਾਮ ਜਦੋਂ ਕੋਈ ਵੀ ਪ੍ਰੋਗਰਾਮ ਹੈ ਹਾਰਡ ਡਿਸਕ ਦੇ ਵਿੱਚ ਸਟੋਰ ਪਿਆ ਕੋਈ ਪ੍ਰੋਗਰਾਮ ਹਾਰਡ ਡਿਸਕ ਦੇ ਵਿੱਚ ਸਟੋਰ ਪਿਆ ਤਾਂ ਉਹਨੂੰ ਆਪ ਪ੍ਰੋਗਰਾਮ ਬੋਲਦੇ ਆਂ ਵਸੇ ਗੱਲ ਤਾਂ ਬਣੀ ਨਹੀਂ ਇਹ ਵੀ ਕੋਈ ਪ੍ਰੋਗਰਾਮ ਹਾਰਡ ਡਿਸਕ ਦੇ ਵਿੱਚ ਸਟੋਰ ਪਿਆ ਨੂੰ ਪ੍ਰੋਗਰਾਮ ਬੋਲਦਾਂਗੇ ਤਾਂ ਇਹ ਕਹਿ ਲਓ ਕੋਈ ਵੀ ਕੋਡ ਸੈਟ ਆਫ ਇਨਸਟਰਕਸ਼ਨ ਜਿਹੜੀਆਂ ਹਾਰਡ ਡਿਸਕ ਦੇ ਵਿੱਚ ਸਟੋਰਡ ਪਈਆਂ ਨੇ ਉਹਨੂੰ ਆਪਾਂ ਪ੍ਰੋਗਰਾਮ ਬੋਲਦਾਂਗੇ ਜਦੋਂ ਉਹ ਡਾਊਨਲੋਡ ਡਾਊਨਲੋਡ ਨਹੀਂ ਲੋਡ ਕਰਕੇ ਰੈਮ 'ਚ ਆ ਜਾਂਦਾ ਉਹ ਦੋਨੋਂ ਦਾ ਪ੍ਰੋਸੈਸ ਬੋਲ ਦਾਂਗੇ ਤਾਂ ਪ੍ਰੋਸੈਸ ਦੀ ਡੈਫੀਨੇਸ਼ਨ ਕੀ ਸੀ ਐਨੀ ਪ੍ਰੋਗਰਾਮ ਇਨ ਰਨਿੰਗ ਸਟੇਟ ਇਜ਼ ਨੋਨ ਐਸ ਪ੍ਰੋਸੈਸ ਇਹ ਸਾਰੇ ਕੁਐਸਚਨ ਮੈਂ ਚੰਗੀ ਤਰ੍ਹਾਂ ਕਰਾਏ ਹੋਏ ਨੇ ਪਹਿਲਾ ਚੈਪਟਰ ਦੂਜਾ ਤੀਜਾ ਤੇ ਅੱਠਵਾਂ ਚੈਪਟਰ ਉਹਦੇ ਵਿੱਚ ਪੁਰਾਣੇ ਕੁਐਸਚਨ ਮੈਂ ਕੌਨਸਟੇਬਲ ਦੇ ਵੀ ਕਰਾਏ ਹੋਏ ਨੇ ਉਹ ਤੁਸੀਂ ਜ਼ਰੂਰ ਦੇਖਣੇ ਨੇ ਜਾ ਕੇ ਉਹਦਾ ਮੈਂ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਨਹੀਂ ਤਾਂ ਪਲੇਲਿਸਟ ਖੋਲ੍ਹ ਲਓ ਯਾਰ ਸਿੱਧੇ ਉਹਦੇ ਵਿੱਚ 12 13 ਵੀਡੀਓ ਪਈਆਂ ਨੇ 올 ਕੰਪੀਟੀਟਿਵ ਇਗਜ਼ਾਮ ਵਾਲੀ ਹੈਨਾ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਵਾਲੀਆਂ ਤਾਂ ਵੀਡੀਓ ਹੀ ਨਹੀਂ ਪਾਈਆਂ ਆਪਾਂ ਨੈਟ ਦੀ ਉਦੋਂ ਨੈੱਟ ਦਾ ਪੇਪਰ ਹਜੇ ਰੁੱਲਦਾ ਫਿਰਦਾ ਉਹ ਹੋਇਆ ਨਹੀਂ ਹੈਨਾ ਪੇਪਰ ਹੀ ਨਹੀਂ ਹੋਇਆ ਉਸ ਤੋਂ ਬਾਅਦ ਥੋੜੀਆਂ ਜਿਹੀਆਂ ਵੀਡੀਓ ਪਾਈਆਂ ਆਪਾਂ ਉੱਥੇ ਜਾ ਕੇ ਦੇਖ ਸਕਦੇ ਹਾਂ ਉੱਥੇ ਪ੍ਰੋਗਰਾਮ ਦੇ ਪ੍ਰੋਸੈਸ ਸਮਝ ਚੰਗੀ ਤਰ੍ਹਾਂ ਦੱਸਿਆ ਹੋਊਗਾ ਜੀ ਤੁਹਾਨੂੰ ਥੋੜਾ ਕਲੀਅਰ ਹੋ ਜਾਊਗਾ ਤੇ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਤੋਂ ਜ਼ਿਆਦਾ ਪ੍ਰੋਸੈਸਸ ਹੋ ਸਕਦੇ ਨੇ ਪ੍ਰੋਸੈਸ 1 2 3 4 ਹੈਨਾ ਤੇ ਪ੍ਰੋਸੈਸਸ ਨੇ ਹੁਣ ਆਪਾਂ ਪ੍ਰੋਸੈਸ ਦੇ ਵਿੱਚ ਫਰਦਰ ਥ੍ਰੈਡ ਹੋ ਸਕਦੇ ਨੇ ਇੱਕ ਪ੍ਰੋਸੈਸ ਹੈ ਇੱਕ ਪ੍ਰੋਸੈਸ ਦੇ ਵਿੱਚ ਇੱਕ ਤੋਂ ਜ਼ਿਆਦਾ ਥ੍ਰੈਡ ਹੋ ਸਕਦੇ ਨੇ ਨੂੰ ਆਪਾਂ ਐ ਸਮਝਦੇ ਆਂ ਲੇ ਮੈਂ ਐਗਜ਼ਾਮਪਲ ਲੈਨੇ ਆ ਜਿਆਦਾ ਕਲੀਅਰ ਹੋ ਮੰਨ ਲਓ ਪ੍ਰੋਗਰਾਮ ਤੁਸੀਂ ਇੱਕ ਟੂਰਨਾਮੈਂਟ ਕਰਾ ਰਹੇ ਹੋ ਤੁਸੀਂ ਕਬੱਡੀ ਦਾ ਟੂਰਨਾਮੈਂਟ ਕਰਾ ਰਹੇ ਹੋ ਇਹ ਤੁਹਾਡਾ ਪ੍ਰੋਗਰਾਮ ਹੈ ਇਹਦੇ ਵਿੱਚ ਬਹੁਤ ਸਾਰੇ ਪ੍ਰੋਸੈਸ ਹੋਣਗੇ ਇੱਕ ਤਾਂ ਹੋ ਜੂਗਾ ਫੰਡ ਇਕੱਠੇ ਕਰਨੇ ਫੰਡ ਤੇ ਇੱਕ ਤੁਸੀਂ ਲੈ ਕੇ ਆਉਂਗੇ ਸਪான்ਸਰ ਕਿਸੇ ਨੇ ਐਡ ਐਡ ਕਰਾਉਣੀ ਹੈ ਉਹ ਵੀ ਬੰਦਾ ਪੈਸੇ ਦੇਊਗਾ ਇੱਕ ਤੁਸੀਂ ਸਿੰਗਰ ਬੁਲਾਉਣਾ ਹੈ ਠੀਕ ਹੈ ਇੱਕ ਤੁਸੀਂ ਐਡਵਰਟਾਈਜ਼ਮੈਂਟ ਕਰਾਉਣੀ ਹੈ ਲੋਕਾਂ ਨੂੰ ਦੱਸਣਾ ਵੀ ਤਾਂ ਹੈ ਵੀ ਇੱਥੇ ਪਹੁੰਚੋ ਤੇ ਇੱਕ ਹੋਰ ਵੀ ਬਹੁਤ ਸਾਰੇ ਹੋ ਸਕਦਾ ਕਿਸੇ ਨੇ ਪ੍ਰਬੰਧ ਕਰਨਾ ਕਿਸੇ ਨੇ ਰੋਟੀ ਪਾਣੀ ਦਾ ਬਣਾਉਣਾ ਉਹ ਸਾਰੀਆਂ ਪ੍ਰੋਸੈਸਸ ਹੋਣੀਆਂ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਤੋਂ ਜ਼ਿਆਦਾ ਪ੍ਰੋਸੈਸਸ ਹੋਣੀਆਂ ਹਨ ਤੇ ਇੱਕ ਪ੍ਰੋਸੈਸ ਹੈ ਜਿਵੇਂ ਆਪਾਂ ਕਹਿ ਦਈਏ ਅ ਐਡਵਰਟਾਈਜ਼ਮੈਂਟ ਕਰਾਉਣੀ ਹੈ ਐਡਵਰਟਾਈਜ਼ਮੈਂਟ ਇੱਕ ਪ੍ਰੋਸੈਸ ਹੈਗੀ ਐਡਵਰਟਾਈਜ਼ਮੈਂਟ ਦੇ ਵਿੱਚ ਬਹੁਤ ਸਾਰੇ ਕੰਮ ਨੇ ਜਿਵੇਂ ਆਨਲਾਈਨ ਐਡਵਰਟਾਈਜ਼ਮੈਂਟ ਦਾ ਅਲੱਗ ਤੋਂ ਥ੍ਰੈਡ ਬਣ ਗਿਆ ਤੇ ਟੈਂਪਲੇਟ ਵਗੈਰਾ ਛਾਪ ਕੇ ਪਰਚੇ ਲਾਉਣੇ ਉਹ ਹੈ ਕੋਈ ਕਿਸੇ ਦਾ ਚੈਨਲ ਹੈ ਆਪ ਦਾ ਵੀਡੀਓ ਪਾ ਸਕਦਾ ਬੰਦਾ ਉਹ ਹੈ ਹੋਰ ਵੀ ਬਹੁਤ ਸਾਰੇ ਜਰੀਏ ਨੇ ਲੋਕਾਂ ਚ ਗੁਰਦੁਆਰਿਆਂ ਚ ਜਾ ਕੇ ਅਨਾਉਂਸਮੈਂਟਾਂ ਕਰਾਉਣੀਆਂ ਪਿੰਡਾਂ ਦੇ ਵਿੱਚ ਕਿਸੇ ਵੀ ਜਰੀਏ ਦੇ ਨਾਲ ਫੌਰਨ ਦੇ ਵਿੱਚ ਕੋਈ ਬੰਦਾ ਬੈਠਾ ਉੱਥੇ ਉਹਨੇ ਐਡਵਰਟਾਈਜ਼ਮੈਂਟ ਕਰਾਤੀ ਹੈ ਨਾ ਕੋਈ ਬੰਦੇ ਲੱਭ ਕੇ ਉਹਨਾਂ ਤੋਂ ਐਡਵਰਟਾਈਜ਼ਮੈਂਟ ਕਰਾਉਣੀ ਇਹ ਸਾਰਾ ਪ੍ਰੋਸੈਸ ਦਾ ਹਿੱਸਾ ਨੇ ਇੱਕ ਪ੍ਰੋਸੈਸ ਦੇ ਵਿੱਚ ਇੱਕ ਤੋਂ ਜ਼ਿਆਦਾ ਥ੍ਰੈਡ ਹੋ ਸਕਦੇ ਨੇ ਤੇ ਇਹ ਥ੍ਰੈਡ ਨੇ ਜਿਹੜੇ ਇਹ ਸਾਰੇ ਮਿਲ ਕੇ ਇੱਕੋ ਕੰਮ ਨੂੰ ਪੂਰਾ ਕਰਦੇ ਨੇ ਸਾਰੇ ਥਰੈਡ ਮਿਲ ਕੇ ਇਹਨਾਂ ਦਾ ਇੱਕ ਕੰਮ ਕੀ ਹੈ ਐਡਵਰਟਾਈਜ਼ਮੈਂਟ ਕਰਾਉਣੀ ਤਾਂ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਜੁੜੇ ਹੋਏ ਹੋਣ ਕਰਕੇ ਇਹ ਕੋਈ ਵੀ ਕੰਮ ਕਰ ਸਕਦੇ ਨੇ ਆਹ ਵਾਲਾ ਥਰੈਡ ਇਧਰੋਂ ਵੀ ਕਰ ਸਕਦਾ ਹੈ ਕੋਈ ਕੰਮ ਕਰੀ ਜਾਣ ਬਸ ਉਹ ਕੰਮ ਐਡਵਰਟਾਈਜ਼ਮੈਂਟ ਦਾ ਹੋਣਾ ਚਾਹੀਦਾ ਠੀਕ ਹੈ ਸੋ ਇਹੀ ਕੁਐਸਚਨ ਪੁੱਛ ਰਿਹਾ ਆਪਾਂ ਨੂੰ ਵਿੱਚ ਉਹਦੀ ਫੋਲੋਇੰਗ ਸਟੇਟਮੈਂਟ ਇਜ਼ ਟ्रू ਕਿਹੜੀ ਸਟੇਟਮੈਂਟ ਟ्रू ਹੈ ਪ੍ਰੋਸੈਸ ਕੈਨ ਬੀ ਕ੍ਰੀਏਟਿਡ ਫਰੋਮ ਥਰੈਡ ਕਹਿੰਦਾ ਕੀ ਪ੍ਰੋਸੈਸ ਨੂੰ ਥਰੈਡ ਤੋਂ ਕ੍ਰੀਏਟ ਕੀਤਾ ਜਾ ਸਕਦਾ ਹੈ ਨਹੀਂ ਕੀਤਾ ਜਾ ਸਕਦਾ ਪ੍ਰੋਸੈਸ ਨੂੰ ਆ ਪੂਰੀ ਦੀ ਪੂਰੀ ਪ੍ਰੋਸੈਸ ਨੂੰ ਇੱਕ ਥਰੈਡ ਤੋਂ ਕ੍ਰੀਏਟ ਨਹੀਂ ਕੀਤਾ ਜਾ ਸਕਦਾ ਬਟ ਇੱਕ ਥਰੈਡ ਤੋਂ ਸੌਰੀ ਇੱਕ ਪ੍ਰੋਸੈਸ ਤੋਂ ਬਹੁਤ ਸਾਰੇ ਥਰੈਡ ਬਣਾਏ ਜਾ ਸਕਦੇ ਨੇ ਕਲੀਅਰ ਤੁਸੀਂ ਡਿਸਟਿੰਗੁਇਸ਼ ਕਰਦੇ ਹੋ ਟਾਸਕ ਨੂੰ ਜਿਹੜੇ ਇੰਡੀਪੈਂਡੈਂਟ ਦੇ ਹੋਣੇ ਉਹਨਾਂ ਨੂੰ ਡਿਸਟਿੰਗੁਇਸ਼ ਕਰਦੋ ਤਾਂ ਇਹ ਹੈਗਾ ਸਿੰਗਲ ਥਰੈਡਡ ਪ੍ਰੋਸੈਸ ਜਿਹੜੀ ਪ੍ਰੋਸੈਸ ਜਿਹਦੇ ਵਿੱਚ ਇੱਕੋ ਹੀ ਥਰੈਡ ਹੈ ਇਹ ਮਲਟੀ ਥਰੈਡ ਪ੍ਰੋਸੈਸ ਹੈ ਜਿਹਦੇ ਵਿੱਚ ਇੱਕ ਤੋਂ ਜ਼ਿਆਦਾ ਥਰੈਡ ਨੇ ਹੁਣ ਜ਼ਰੂਰੀ ਤਾਂ ਨਹੀਂ ਵੀ ਇਹ ਬਹੁਤ ਸਾਰੇ ਬੰਦੇ ਹੀ ਐਡਵਰਟਾਈਜ਼ਮੈਂਟ ਕਰਨਗੇ ਕੋਈ ਇੱਕ ਜਾਂ ਦੋ ਬੰਦੇ ਵੀ ਐਡਵਰਟਾਈਜ਼ਮੈਂਟ ਕਰ ਸਕਦੇ ਨੇ ਤਾਂ ਉਹਨੂੰ ਅਸੀਂ ਛੋੜੇ ਪਾਰਟਸ ਦੇ ਵਿੱਚ ਵੀ ਡਿਵਾਈਡ ਕਰ ਲਾਂਗੇ ਜੇ ਕੰਮ ਵਧੀਆ ਤਰੀਕੇ ਨਾਲ ਕਰਨਾ ਪਤਾ ਫਿਰ ਉਹਦੀ ਕੀ ਕਰਦੇ ਹੁੰਦੇ ਆ ਮਲਟੀ ਥ੍ਰੈਡਡ ਕਰਦੇ ਹੁੰਦੇ ਆ ਤਾਂ ਇਹ ਹਰੇਕ ਥ੍ਰੈਡ ਦਾ ਰਜਿਸਟਰ ਤੇ ਸਟੈਕ ਆਪਣਾ ਹੁੰਦਾ ਕੋਡ ਡਾਟਾ ਤੇ ਫਾਈਲਾਂ ਸ਼ੇਅਰ ਕਰਦੇ ਨੇ ਐਡਰੈਸ ਸਪੇਸ ਸ਼ੇਅਰ ਕਰਦੇ ਨੇ ਆਪਾਂ ਇਹ ਬੋਲ ਸਕਦੇ ਆ ਸ਼ੇਅਰ ਦੀ ਐਡਰੈਸ ਸਪੇਸ ਐਨਲੀ ਕੁਲ ਥ्रेड ਥਰੈਡ ਨੇ ਜਿਹੜੇ ਐਡਰੈਸ ਸਪੇਸ ਸ਼ੇਅਰ ਕਰਦੇ ਨੇ ਇਹ ਵੀ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਥਰੈਡ ਕੀ ਸ਼ੇਅਰ ਕਰਦੇ ਨੇ ਐਡਰੈਸ ਸਪੇਸ ਸ਼ੇਅਰ ਕਰਦੇ ਨੇ ਐਂ ਕਹਿ ਲਓ ਨਾ ਐਡਵਰਟਾਈਜ਼ਮੈਂਟ ਕਰਾਉਣ ਵਾਲਾ ਸਾਰਾ ਬਜਟ ਵਗੈਰਾ ਗੱਲਬਾਤ ਕਰਨਾ ਕੋਆਰਡੀਨੇਟ ਕਰਨਾ ਉਹ ਸਾਰਾ ਉਹੀ ਚੀਜ਼ਾਂ ਸ਼ੇਅਰ ਕਰਦੇ ਨੇ ਥੋੜੇ ਜਿਹਾ ਉਹਨਾਂ ਨੂੰ ਪੈਸੇ ਦੇ ਦਿੱਤੇ ਜਾਂਦੇ ਨੇ ਵੀ ਚੱਕ 10000 ਤੇਰਾ ਆਪ ਦਾ ਰਜਿਸਟਰ ਤੇ ਸਟੈਕ ਇੱਥੇ ਕੰਮ ਕਰੀ ਜਾਂਦੋ ਫਿਰ ਬਾਅਦ ਚੱਕੇ ਹਿਸਾਬ ਦੇ ਦਿੰਦਾ ਬੰਦਾ ਬਟ ਜਿਹੜੀਆਂ ਪ੍ਰੋਸੈਸ ਹੁੰਦੀਆਂ ਨੇ ਇਹ ਇੰਡੀਪੈਂਡੈਂਟ ਨੇ ਪਹਿਲੀ ਪ੍ਰੋਸੈਸ ਹੈ ਇਹਦਾ ਐਡਰੈਸ ਸਪੇਸ ਆਉਂਦਾ ਹੈ ਇਹਦਾ ਐਡਰੈਸ ਸਪੇਸ ਆਉਂਦਾ ਇਹਨਾਂ ਦਾ ਬਜਟ ਆਉਂਦਾ ਇਹਨਾਂ ਨੂੰ ਗੱਡੀਆਂ 'ਚ ਤੇਲ ਪਊਗਾ ਜਾਣ ਆਉਣ ਦਾ ਸਾਰਾ ਕੰਮ ਇਹਨਾਂ ਦਾ ਆਉਂਦਾ ਇਹ ਇੰਡੀਪੈਂਡੈਂਟ ਨੇ ਠੀਕ ਹੈ ਕਲੀਅਰ ਹੋਈ ਗੱਲ ਅੱਗੇ ਪ੍ਰੋਸੈਸ ਤੇ ਥ੍ਰੈਡ 'ਚ ਕੀ ਫਰਕ ਹੈ ਟਿਪਿਕਲੀ ਇੰਡੀਪੈਂਡੈਂਟ ਦੋ ਪ੍ਰੋਸੈਸਸ ਆਪਦੇ ਵਿੱਚ ਇੰਡੀਪੈਂਡੈਂਟ ਹੁੰਦੀਆਂ ਨੇ ਥ੍ਰੈਡ ਜਿਹੜੇ ਹੁੰਦੇ ਨੇ ਸਬਸੈਟ ਹੁੰਦੇ ਨੇ ਪ੍ਰੋਸੈਸ ਦਾ ਕਲੀਅਰ ਹੋਈ ਗੱਲ ਤਾਂ ਫਿਰ ਆਪਾਂ ਪੜਦੇ ਹਾਂ ਕਿਹੜੀਆਂ ਸਟੇਟਮੈਂਟ ਟਰੂ ਪੁੱਛਿਆ ਸੀ थ्रेड कैन एग्जीक्यूट एनी पार्ट ऑफ द प्रोसेस ਕੋੜੇ ਠੀਕ ਹੈ ਇੱਕ ਜਿਹੜਾ थ्रेड ਹੁੰਦਾ ਹੈ ਇਹ ਕਿਸੇ ਵੀ ਪਾਰਟ ਨੂੰ ਐਗਜ਼ੀਕਿਊਟ ਕਰ ਸਕਦਾ ਹੈ ਪ੍ਰੋਸੈਸ ਦੇ ਨੂੰ ਇਹ ਪ੍ਰੋਸੈਸ ਦਾ ਕੋਈ ਵੀ ਕੰਮ ਕਰ ਸਕਦਾ ਹੈ ਬੰਦਾ ਜਾ ਕੇ ਤਾਂ ਪਹਿਲੀ ਤਾਂ ਗੱਲ ਠੀਕ ਹੈ ਦੂਜਾ ਪ੍ਰੋਸੈਸ ਕੈਨ ਬੀ ਕ੍ਰੀਏਟਡ ਫਰੋਮ ਦਾ थ्रेड ਨਹੀਂ ਕੀਤੀ ਜਾ ਸਕਦੀ थ्रेड ਤੋਂ ਪ੍ਰੋਸੈਸ ਨਹੀਂ ਬਣਾ ਸਕਦੇ ਆਪਾਂ थ्रेड ٹیکਸ ਮੋਰ ਟਾਈਮ ਟੂ ਟਰਮੀਨੇਟ देन ਪ੍ਰੋਸੈਸ ਨਹੀਂ ਪ੍ਰੋਸੈਸ ਇੱਕ ਵੱਡੀ ਐਂਟੀਟੀ ਹੈ थ्रेड ਉਹਦਾ ਛੋਟਾ ਕੰਮ ਹੈ थ्रेड ਛੇਟੀ ਹੋ ਜਾਂਦਾ ਹੈ ਥ्रेड ਜਿਹੜਾ ਲਾਈਟ ਵੇਟ ਪ੍ਰੋਸੈਸ ਹੈ ਠੀਕ ਹੈ ਥ्रेड ਪ੍ਰੋਸੈਸ ਦਾ ਬਹੁਤ ਛੋਟਾ ਹਿੱਸਾ ਹੈ ਪ੍ਰੋਸੈਸ ਜਿਹੇ ਸੈਗਮੈਂਟ ਆਫ ਥ्रेड ਨਹੀਂ ਥ्रेड ਜਿਹੇ ਸੈਗਮੈਂਟ ਆਫ ਪ੍ਰੋਸੈਸ ਕਲੀਅਰ ਹੋਈ ਗੱਲ ਤਾਂ ਡਿਫਰੈਂਸ ਹੈ ਅ ਬੇਸ਼ਕ ਦੱਸ ਚੁੱਕੇ ਹਾਂ ਹੋਰ ਦੱਸਣਾ ਇੱਕ ਪ੍ਰੋਸੈਸਸਿਸ ਆਰ ਯੂਜ਼ਡ ਵੈਨ ਟਾਸਕ ਆਰ ਐਸੈਂਸ਼ੀਅਲੀ ਅਨ ਰਿਲੇਟਿਡ ਤਾਂ ਜਿਹਨੂੰ ਟਾਸਕ ਅਨ ਰਿਲੇਟਿਡ ਨੇ ਇਹਨਾਂ ਦਾ ਕੰਮ ਫੰਡ ਰੇਜ਼ ਕਰਨ ਇਹਨਾਂ ਦਾ ਸਪான்ਸਰ ਲੱਭਣੇ ਨੇ ਬੇਸ਼ੱਕ ਪੈਸੇ ਇਧਰੋਂ ਵੀ ਆਉਣਗੇ ਇਧਰੋਂ ਮੰਨ ਪਰ ਇੰਡੀਪੈਂਡੈਂਟ ਆ ਆਪ ਦਾ ਸਿੰਗਰ ਲੱਭਣੇ ਨੇ ਇਹਨਾਂ ਨੇ ਇਹ ਪੈਸੇ ਇਕੱਠੇ ਕਰਨਗੇ ਭੇਜਣਗੇ ਬਿਲਕੁਲ ਵੱਖੋ ਵੱਖਰੇ ਕੰਮ ਨੇ ਹਨਾ ਸੋ ਤਾਂ ਫਿਰ ਇਹ ਡਿਫਰੈਂਸ ਦੇਖਿਆ ਆਪਾਂ थ्रेड ਆਰ ਯੂਜ਼ਡ ਵੈਨ ਟਾਸਕ ਆਰ ਐਕਚੁਅਲੀ ਪਾਰਟ ਆਫ ਦਾ ਸੇਮ ਜੌਬ ਜਦੋਂ ਸੇਮ ਜੌਬ ਦਾ ਪਾਰਟ ਹੁੰਦੇ ਨੇ ਉੱਥੇ ਆਪਾਂ थ्रेड ਵਰਤਦੇ ਆ ਤਾਂ ਇੱਕ ਇੱਕ ਹੋਰ ਕੁਐਸਚਨ ਪੁੱਛ ਸਕਦਾ ਆਨਸਰ ਤਾਂ ਆਪਾਂ ਇਹਦਾ ਕੱਢ ਲਿਆ ਏ ਆ ਪਹਿਲਾ ਇੱਕ ਕੁਐਸਚਨ ਹੋਰ ਪੁੱਛ ਸਕਦਾ ਆਪਣੇ ਤੋਂ ਕਿੰਨਾ ਫੋਰਕ ਕੀ ਹੁੰਦਾ ਹੈ ਕੁਐਸਚਨ ਪੁੱਛਿਆ ਜਾ ਸਕਦਾ ਫੋਰਕ ਫੋਰਕ ਕੀ ਹੁੰਦਾ ਫੋਰਕ ਇੱਕ ਤਰੀਕਾ ਹੁੰਦਾ ਚਾਈਲਡ ਪ੍ਰੋਸੈਸ ਕ੍ਰੀਏਟ ਕਰਨ ਦਾ ਆਪਾਂ ਨੂੰ ਪਤਾ ਹੈ ਪ੍ਰੋਸੈਸਸ ਬਣਦੀਆਂ ਨੇ ਸਿਸਟਮ ਦੇ ਵਿੱਚ ਉਹ ਪ੍ਰੋਸੈਸਸ ਦੀਆਂ ਚਾਈਲਡ ਪ੍ਰੋਸੈਸ ਬਣਾਉਣੀਆਂ ਨੇ ਤਾਂ ਫੋਰਕ ਕੀ ਕਰਦਾ ਦੇਖੋ ਪਹਿਲਾ ਫੋਰਕ ਅੱਗੇ ਦੋ ਫੋਰਕ ਬਣ ਗਈਆਂ ਫੋਰਕ 0 ਸੀ ਮਤਲਬ ਇਹ ਐਂਡ ਹੋ ਗਿਆ ਇਹ ਫੋਰਕ 0 ਨਹੀਂ ਸੀ ਤਾਂ ਇੱਕ ਅਗਲੇ ਪ੍ਰੋਸੈਸ ਹੋਰ ਬਣਾਲੀ ਇਹ ਫੋਰਕ 0 ਹੈ ਮਤਲਬ ਐਂਡ ਹੋ ਗਿਆ ਸੈਕੰਡ ਚਾਈਲਡ ਪ੍ਰੋਸੈਸ ਇਹ ਪਹਿਲੀ ਚਾਈਲਡ ਪ੍ਰੋਸੈਸ ਹੈ ਗ੍ਰੈਂਡ ਚਾਈਲਡ ਹੋ ਗਿਆ ਹਨਾ ਤਾਂ ਇਹ ਪੇਰੈਂਟ ਪ੍ਰੋਸੈਸ ਹੋ ਗਈ ਤਾਂ ਇਹਦੇ ਤੇ ਕੁਐਸਚਨ ਵੈਸੇ ਮੈਨੂੰ ਲੱਗਦਾ ਨਹੀਂ ਬਣੂਗਾ ਪਰ ਜਿਹੜੇ ਹਸਾਬ ਨਾਲ ਉਹ ਪੁੱਛ ਗਿਆ ਆਪਣੇ ਤੋਂ ਥ੍ਰੈਡ ਬਾਰੇ ਪੁੱਛ ਗਿਆ ਉਹ ਥੋੜਾ ਜਿਹਾ ਡੂੰਗਾ ਉੱਤਰ ਦਿਆ ਉਹਨੂੰ ਕਹਿੰਦਾ ਉਹਨੂੰ ਇਹ ਨਹੀਂ ਪਤਾ ਵੀ ਅਸੀਂ ਹੋਰ ਵੀ ਡੂੰਗੇ ਉੱਤਰ ਨਾਲੇ ਬੈਠੇ ਆ ਅਸੀਂ ਉਹਨੀਆਂ ਨੂੰ 31 ਪਾਉਣ ਵਾਲੇ ਬੈਠੇ ਆ ਤੁਸੀਂ ਵੀ ਫਿਕਰ ਨਾ ਕਰੋ ਤੁਸੀਂ ਉਹਨੂੰ ਕਹੋ ਕਿ ਸਾਡਾ ਭਰਾ ਬੈਠਾ ਸਾਨੂੰ ਪੜ੍ਹਾਊਗਾ ਦੱਸੂਗਾ ਵੀ ਕੀ ਪੁੱਛਿਆ ਜਾ ਸਕਦਾ ਸੋ ਤੂੰ ਪ੍ਰੋਸੈਸ ਤੇ ਪੁੱਛਦਾ ਅਸੀਂ ਥ੍ਰੈਡ ਤੇ ਵੀ ਤੈਨੂੰ ਦੱਸਾਂਗੇ ਵੀ ਥ੍ਰੈਡ ਆ ਹੁੰਦੇ ਨੇ ਤੇ ਫੋਰਕ ਪ੍ਰੋਸੈਸ ਕੀ ਕੰਮ ਕਰਦੀਆਂ ਨੇ ਤਾਂ ਫੋਰਕ ਪ੍ਰੋਸੈਸ ਕੀ ਹੁੰਦਾ ਨੰਬਰ ਆਫ ਚਾਈਲਡ ਪ੍ਰੋਸੈਸ ਕ੍ਰੀਏਟਡ ਇਜ਼ ਇੱਕ ਫੋਰਕ ਦੇ ਨਾਲ ਕਿੰਨੀਆਂ ਚਾਈਲਡ ਪ੍ਰੋਸੈਸ ਕ੍ਰੀਏਟ ਹੁੰਦੀਆਂ ਨੇ ਤਾਂ ਉਹਦੇ ਲਈ ਫਾਰਮੂਲਾ ਇਹ ਹੈ 2 ਰੇਸ ਟੂ ਪਾਵਰ ਨੰਬਰ ਆਫ ਫੋਰਕ ਮਾਈਨਸ 1 ਜੇ ਮੈਂ ਕਹਿੰਦਾ ਵੀ 5 ਫੋਰਕ ਚੱਲੀਆਂ ਨੇ ਤੇ ਕਿੰਨੀਆਂ ਚਾਈਲਡ ਪ੍ਰੋਸੈਸ ਬਣਣਗੀਆਂ 2 ਦੀ ਪਾਵਰ 5 1 2 ਦੀ ਪਾਵਰ 5 ਕਿੰਨਾ ਹੁੰਦਾ 32 1 ਹੋ ਗਿਆ 31 ਤੇ ਜੇ ਮੈਂ ਕਹਿੰਦਾ ਵੀ 8 ਫੋਰਕ ਚੱਲੀਆਂ ਨੇ ਦੱਸੋ ਚਾਈਲਡ ਕਿੰਨੀਆਂ ਪ੍ਰੋਸੈਸ ਬਣਣਗੀਆਂ ਤਾਂ ਤੁਸੀਂ ਸਿੰਪਲ ਕਰਨਾ 2 ਦੀ ਪਾਵਰ 8 1 2 ਦੀ ਪਾਵਰ 8 ਹੁੰਦਾ 256 56 ਘਟਾਓ 1 ਤੇ ਬਣ ਗਿਆ 255 ਪ੍ਰੋਸੈਸ ਪੁੱਛ ਗਿਆ ਸਾਨੂੰ ਕੀ ਪੁੱਛਦਾ ਆ ਦੇਖੋ ਗੇਟ ਦਾ ਕੁਐਸਚਨ ਪਾਇਆ ਉਹਨਾਂ ਗੇਟ 2012 ਚ ਸਾਡਾ ਕੰਪਿਊਟਰ ਸਾਇੰਸ ਦਾ ਬਈ ਸਿੱਕ ਤਾਂ ਤੁਹਾਨੂੰ ਨਹੀਂ ਬਣਦਾ ਪਰ ਮੈਨੂੰ ਐ ਲੱਗਿਆ ਵੀ ਯਾਰ ਤੂੰ ਇੰਨੇ ਡੀਪ ਕੁਐਸਚਨ ਪਾ ਕੇ ਪੁੱਛਦਾ ਤੇ ਸਾਨੂੰ ਆਉਂਦਾ ਅਸੀਂ ਡਰਦੇ ਨਹੀਂ ਡਰ ਕੇ ਨਹੀਂ ਭੱਜਣਾ ਕਿਸੇ ਟੌਪਿਕ ਤੋਂ ਇਹ ਨਹੀਂ ਸੋਚਣਾ ਵੀ ਤੂੰ ਤਾਂ ਬਹੁਤ ਜ਼ਿਆਦਾ ਔਖਾ ਹੁੰਦਾ ਨਹੀਂ ਜੌਬ ਲੈਣੀ ਹੈ ਜ਼ਿੰਦਗੀ ਦੇ ਵਿੱਚ ਕੋਈ ਕਰਨ ਦਾ ਮੌਕਾ ਮਿਲਿਆ ਮੇਰੀ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤਾਂ ਇਹ ਸਮਾਂ ਤੁਹਾਡੀ ਜ਼ਿੰਦਗੀ ਦਾ ਬੈਸਟ ਸਮਾਂ ਹੈ ਜੌਬ ਮਿਲੇ ਜਾਂ ਨਾਮ ਲਿਓ ਵੱਖਰਾ ਇਸ਼ੂ ਹੈ ਪਰ ਸਾਰਿਆਂ ਤੋਂ ਜ਼ਿਆਦਾ ਜ਼ਿੰਦਗੀ ਦੇ ਵਿੱਚ ਇਹ ਸਮਾਂ ਯਾਦ ਆਊਗਾ ਵੀ ਹਾਂ ਯਾਰ ਤਿਆਰੀ ਕਰਦੇ ਹੁੰਦੇ ਸੀ ਉਦੋਂ ਕਿੰਨਾ ਸਵਾਲ ਆਉਂਦਾ ਸੀ ਤਾਂ ਕਰਕੇ ਜਿਹੜੇ ਥੋੜੇ ਜਿਹੇ ਦਿਨ ਰਹਿ ਗਏ ਉਹਨਾਂ ਨੂੰ ਖੁਸ਼ੀ-ਖੁਸ਼ੀ ਕੰਮ ਕਰੋ ਇੰਨਾ ਕ ਜਿਆਦਾ ਤੋੜ ਦਿਓ ਆਪਦੇ ਆਪ ਨੂੰ ਕਿ ਪਤਾ ਲੱਗ ਜਾਵੇ ਬਾਅਦ ਦੇ ਵਿੱਚ ਜਦੋਂ ਆਪਾਂ ਤੁਸੀਂ ਬੁਢੇ ਹੋ ਜਾਓਗੇ ਪੋਤੇ-ਪੋਤੀਆਂ ਵਾਲੇ ਹੋਗੇ ਤੁਹਾਡੇ ਜੋ ਮੁੰਡੇ ਜਾਂ ਕੁੜੀਆਂ ਹਨ ਜਿਹੜੇ ਵੀ ਤਿਆਰੀ ਕਰ ਰਹੇ ਫਿਰ ਉਹ ਦੱਸਿਆ ਕਰਨਗੇ ਵੀ ਤੁਸੀਂ ਤਾਂ ਕਿਹੜੀ ਤਿਆਰੀ ਕਰਦੇ ਹੋ ਅਸੀਂ ਤਿਆਰੀ ਕਰਦੇ ਸੀ ਇੱਕ ਕੰਪਿਊਟਰ ਵਾਲਾ ਬੰਦਾ ਸੀ ਉਹਦਾ ਨਵਾਂ ਜ ਆਇਆ ਸੀ ਉਹਨੇ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਸੀ ਉਹਦੀਆਂ ਵੀਡੀਓ ਦੇਖਿਆ ਵੀਡੀਓ ਤਾਂ ਬਣਾਉਂਦਾ ਸੀ ਲੰਬੀਆਂ ਦੇਖੋ ਪਰ ਨਜ਼ਾਰਾ ਆ ਜਾਂਦਾ ਉਹ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਕਹਿ ਰਿਆ ਨਜ਼ਾਰਾ ਦਾ ਸੀਗਾ ਤੁਹਾਡੇ ਕਮੈਂਟ ਦੱਸ ਰਹੇ ਨੇ ਤੇ ਫਿਰ ਸਾਡਾ ਮਤਲਬ ਪੇਪਰ ਕਲੀਅਰ ਹੋ ਗਿਆ ਕੰਪਿਊਟਰ ਸਾਡਾ ਡਾਊਨ ਲੱਗਦਾ ਸੀ ਫਿਰ ਗੱਲਬਾਤ ਬਣ ਗਈ ਠੀਕ ਹੈ ਸੋ ਇਹੀ ਜ਼ਿੰਦਗੀ ਦੇ ਪਲ ਹੁੰਦੇ ਨੇ ਛੋਟੇ ਛੋਟੇ ਜਿਨ੍ਹਾਂ ਨੂੰ ਅਸੀਂ ਮੈਮੋਰਾਇਜ਼ ਕਰ ਸਕਦੇ ਆ ਤੇ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਮੈਸੇ ਤਾਂ ਚਲੋ ਟਾਈਮ ਜ਼ਿਆਦਾ ਹੋਈ ਜਾਂਦਾ ਤੁਸੀਂ ਨਾ ਜਦੋਂ ਤਿਆਰੀ ਕਰਦੇ ਹੋ ਤਿਆਰੀ ਕਰਦੇ ਕਿਸੇ ਟਾਈਮ ਤੇ ਤੁਹਾਡੇ ਦਿਮਾਗ ਦੇ ਵਿੱਚ ਖਿਆਲ ਆਉਂਦੇ ਹੋਣਗੇ ਵੱਖੋ ਵੱਖਰੇ ਹੈਨਾ ਵੀ ਅਸੀਂ ਜਰਾ ਐ ਮਨ 'ਚ ਚੱਲਦੀਆਂ ਹੁੰਦੀਆਂ ਨੇ ਉਹ ਚੀਜ਼ਾਂ ਅਸੀਂ ਕਿਸੇ ਨਾਲ ਡਿਸਕਸ ਨਹੀਂ ਕਰਦੇ ਹੁੰਦੇ ਈਵਨ ਕਿ ਤੁਸੀਂ ਆਪਦੇ 1 4 3 ਨਾਲ ਵੀ ਉਹ ਗੱਲਾਂ ਡਿਸਕਸ ਨਹੀਂ ਕਰਦੇ ਤੇ ਉਹ ਖਿਆਲ ਬੜੇ ਵਧੀਆ ਹੁੰਦੇ ਨੇ ਤੇ ਉਹ ਖਿਆਲ ਬਾਰੀ-ਬਾਰੀ ਨਹੀਂ ਆਉਂਦੇ ਮੰਨ ਲਓ ਤੁਸੀਂ ਦਿਨੇ ਸਾਰਾ ਦਿਨ ਥੱਕ ਕੇ ਰਾਤ ਥੱਕ ਟੁੱਟ ਕੇ ਰਾਤ ਨੂੰ 2 ਵਜੇ ਬੈੱਡ ਤੇ ਪਏ ਹੋ ਤੁਹਾਡੇ ਮਨ 'ਚ ਖਿਆਲ ਆਊਗਾ ਵੀ ਯਾਰ ਜੌਬ ਮਿਲ ਜੇ ਐ ਹੋ ਜੇ ਚੀਜ਼ਾਂ ਐ ਹੋ ਜਾਣ ਕੁਝ ਵੀ ਖਿਆਲ ਆ ਉਹ ਖਿਆਲ ਨੂੰ ਨਾ రికార్డర్ ਦੁਆਰਾ ਰਿਕਾਰਡ ਕਰਕੇ ਰੱਖ ਲਓ ਉਹਨੂੰ ਸਾਂਭ ਕੇ ਰੱਖੋ ਅੱਜ ਕੱਲ ਤਾਂ ਬੜੇ ਆਨਲਾਈਨ ਪਲੈਟਫਾਰਮ ਨੇ ਤੁਸੀਂ YouTube ਤੇ ਆਪਦਾ ਚੈਨਲ ਹੈਗਾ ਹੀ ਆ ਤੁਹਾਡਾ ਚੈਨਲ ਕ੍ਰੀਏਟ ਕਰਕੇ ਉੱਥੇ ਅਪਲੋਡ ਕਰ ਸਕਦੇ ਹੋ ਤੇ ਪ੍ਰਾਈਵੇਟ ਕਰ ਸਕਦੇ ਹੋ ਜਰੂਰੀ ਥੋੜਾ ਲੋਕਾਂ ਨੂੰ ਦਿਖਾਉਣਾ ਆਪਦੀਆਂ ਪ੍ਰਾਈਵੇਟ ਕਰ ਲਓ ਆਪਦੀ ਫੈਮਲੀ ਦੀਆਂ ਵੀਡੀਓ ਬਣਾ ਕੇ ਪਾਓ ਪੇਰੈਂਟਸ ਦੀਆਂ ਤੇ ਆਪਦੇ ਪੇਰੈਂਟਸ ਦੀ ਇੰਟਰਵਿਊ ਕਰਕੇ ਪਾਓ ਆਪਣੇ ਪੇਰੈਂਟਸ ਰਹਿੰਦੇ ਨਹੀਂ ਫਿਰ ਆਪਾਂ ਨੂੰ ਦੁੱਖ ਹੁੰਦਾ ਜੇ ਤੁਹਾਡੇ ਦਾਦਾ ਦਾਦੀ ਬੈਠੇ ਨੇ ਉਹਨਾਂ ਦੀਆਂ ਵੀਡੀਓ ਬਣਾਓ ਰਿਕਾਰਡ ਕਰੋ ਰੱਖੋ ਉਵੇਂ ਹੀ ਤੁਸੀਂ ਆਪਦੇ ਪੇਪਰ ਦੀ ਤਿਆਰੀ ਕਰਨ ਵਾਲੇ ਪਾ ਲੈਣੇ 10 ਸਾਲਾਂ ਬਾਅਦ ਜਦ ਨੂੰ ਤੁਸੀਂ ਦੁਬਾਰੇ ਸੁਣੋਗੇ ਤੁਹਾਨੂੰ ਲੱਗੂ ਇੱਚਾ ਯਾਰ ਉਹ ਤੁਸੀਂ ਐਂ ਸੋਚਦੇ ਸੀ ਕਿਉਂਕਿ ਜੌਬ ਕਰਦੇ ਹੋਵੇਂ ਉਹ ਤੱਕ ਵੱਡੇ ਤੁਸੀਂ ਆਫਸਰ ਲੱਗੇ ਹੋਵੋਗੇ ਉਹ ਤੁਸੀਂ ਮੇਰੇ ਵਰਗੇ ਨੂੰ ਕਿੱਥੇ ਪੁੱਛੋਗੇ ਨਾਕੇ ਦੇ ਖੜ ਕੇ ਵੀ ਆ ਜਾ ਮਿੱਤਰਾ ਚਲਾਣ ਕਰਦੇ ਤੇ ਰਹਾ ਹਨ ਸੋ ਇਹ ਚੀਜ਼ਾਂ ਹੁੰਦੀਆਂ ਨੇ ਜ਼ਿੰਦਗੀ ਦੇ ਸਾਹਮਣੇ ਰੱਖਣੀਆਂ ਨੇ ਚਲੋ ਬਾਹਲਾ ਦੂਰ ਨਹੀਂ ਆਦੇ ਆਪਾਂ ਮੁੜਿਆ ਆਉਣੇ ਆ 3 ਨੇ 2 ਦੀ ਪਾਵਰ 3 ਘਟਾਓ 1 2 ਦੀ ਪਾਵਰ 3 ਹੁੰਦਾ 8 8 ਘਟਾਓ 1 7 ਇਹ ਆਨਸਰ ਹੈ 2012 ਦਾ ਬਹੁਤ ਔਖਾ ਕੁਐਸਚਨ ਹੈ ਕੰਪਿਊਟਰ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦੀਆਂ ਚੀਜ਼ਾਂ ਇਹ ਠੀਕ ਹੈ ਸੋ ਇਹਦਾ ਆ ਅਗਲਾ ਕੁਐਸਚਨ ਹੈ ਇਨ ਗੂਗਲ ਕ੍ਰੋਮ ਪ੍ਰੈਸ ਡੈਸ਼ ਦੀ ਸੈਟ ਦੀ ਜ਼ੂਮ ਲੈਵਲ ਆਫ ਅ ਵੈਬ ਪੇਜ 100% ਕਹਿੰਦਾ ਵੈਬ ਪੇਜ ਦਾ ਸਾਈਜ਼ 100% ਕਰਨ ਵਾਸਤੇ ਕੀ ਪ੍ਰੈਸ ਕਰਨਾ ਪੈਂਦਾ ਆਪਾਂ ਕਰ ਕਰਕੇ ਆ ਚੁੱਕੇ ਹਾਂ ਕੰਟਰੋਲ ਪਲੱਸ ਦਬਦੇ ਹੁੰਦੇ ਆਪਾਂ ਇਹ ਮੈਂ ਕਰਾ ਚੁੱਕਿਆ ਹਾਂ ਜ਼ੂਮ ਵਧਾਉਣ ਦੇ ਲਈ ਪਲੱਸ ਘਟਾਉਣ ਦੇ ਲਈ ਮਾਈਨਸ ਤੇ ਜ਼ੀਰੋ ਕਰਨ ਦੇ ਲਈ 100% ਲੈਵਲ ਤੇ ਜ਼ੀਰੋ ਦੇ ਲਈ ਕਲੀਅਰ ਹੋਈ ਗੱਲ ਫਿਰ ਤੀਸਰਾ ਆਨਸਰ ਹੈ ਚੌਥਾ ਵਿਚ ਉਹਦੀ ਫਾਲੋਇੰਗ ਇਜ਼ ਆਈਕਨ दैट ਪੁਆਇੰਟਸ ਟੂ ਅ ਪ੍ਰੋਗਰਾਮ অর ਡਾਟਾ ਫਾਈਲ ਕਿਹੜਾ ਕਹਿੰਦਾ ਆਈਕਨ ਪ੍ਰੋਗਰਾਮ ਤੇ ਡਾਟਾ ਫਾਈਲ ਨੂੰ ਰਿਪਰੈਜ਼ੈਂਡ ਕਰਦਾ ਤਾਂ ਇਹ ਆਪਾਂ ਨੂੰ ਪਤਾ ਹੀ ਇਹ ਸ਼ਾਰਟਕਟ ਹੁੰਦੇ ਨੇ ਜਿਵੇਂ ਆ ਸ਼ਾਰਟਕਟ ਨੇ ਇਹ ਫਾਈਲਾਂ ਨੇ ਤੇ ਕੋਈ ਪ੍ਰੋਗਰਾਮ ਹੋ ਸਕਦਾ ਇੱਥੇ ਹਨਾ ਜਿਵੇਂ ਆਪਾਂ ਮਾਈ ਕੰਪਿਊਟਰ ਖੋਲਦੇ ਹਾਂ ਡਿਸਕ ਕੰਪਿਊਟਰ ਖੋਲਦੇ ਹਾਂ ਇਹ ਸ਼ਾਰਟਕਟ ਬਣੇ ਹੋਏ ਨੇ ਅਸਲ 'ਚ ਫਾਈਲਾਂ ਇੱਥੇ ਤਾਂ ਨਹੀਂ ਹੁੰਦੀਆਂ ਇਹਦੇ ਤੋਂ ਕਲਿੱਕ ਕਰਕੇ ਉਹ ਲੋਕੇਸ਼ਨ 'ਚ ਲੈ ਜਾਂਦਾ ਹੁਣ ਇਹ ਸ਼ਾਰਟਕਟ ਪਏ ਨੇ ਡੈਸਕਟਾਪ ਤੇ ਪਰ ਇਹ ਡਾਟਾ ਕਿਸੇ ਡਰਾਈਵ 'ਚ ਪਿਆ ਹੁੰਦਾ ਤਾਂ ਇਹ ਸ਼ਾਰਟਕ ਜਿਵੇਂ ਆ ਦੇਖੋ ਪਿਕਚਰ ਸ਼ਾਰਟਕਟ ਹੈ ਮਿਊਜ਼ਿਕ ਸ਼ਾਰਟਕਟ ਹੈ ਆ ਸਾਰੇ ਸ਼ਾਰਟਕਟ ਨੇ ਤਾਂ ਇਹੀ ਆਨਸਰ ਆ ਫਿਰਦਾ ਸ਼ਾਰਟਕਟ ਆਈਕਨ ਨੇ ਜਿਹੜੇ ਪੁਆਇੰਟ ਕਰਦੇ ਨੇ ਪ੍ਰੋਗਰਾਮ ਤੇ ਡਾਟਾ ਫਾਈਲਾਂ ਨੂੰ ਕਲੀਅਰ ਹੋਈ ਗੱਲ ਅਗਲਾ ਕੁਐਸਚਨ ਵਿੱਚ ਉਹਦੀ ਫਾਲੋਇੰਗ ਐਮ ਐਸ ਵਰਡ ਫੀਚਰ ਫੀਚਰਸ ਫੇਰ ਲਿਖਤਾ ਇਸ ਦੀ ਬੜੀ ਵੱਡੀ ਪ੍ਰੋਬਲਮ ਆ ਮੈਨੂੰ ਹਨਾ ਮੈਂ ਪੀਪਲ ਨੂੰ ਵੀ ਪੀਪਲਜ਼ ਬੋਲਦਾ ਸੀ ਮੈਨੂੰ ਮੈਂ ਪੀਪਲ ਤਾਂ ਹੁੰਦਾ ਹੀ ਆ ਆਪਣੇ ਆਪ ਚ ਪੀਪਲ ਆ ਬਹੁਵਚਨ ਹੁੰਦਾ ਹਨਾ ਵਿੱਚ ਉਹਦੀ ਫਾਲੋਇੰਗ ਐਮ ਐਸ ਵਰਡ ਫੀਚਰਸ ਕਰਾਸਸ selected text out of out by drawing the line through it ਕਹਿੰਦਾ ਕੋਈ ਵੀ ਲਿਖਿਆ ਹੋਵੇ ਜਿਵੇਂ ਆਪਣੇ ਕੋਲੇ ਬਾਈਨਰੀ ਇਨਸਟਰਕਟਰ ਹੈ ਇਹਦੇ ਵਿੱਚ ਦੀ ਲਾਈਨ ਮਾਰਨੀ ਇਹਨੂੰ ਕੀ ਕਹਿੰਦੇ ਆ ਵਿੱਚ ਉਹਦੀ ਫੋਲੋਇੰਗ ਐਮ ਐਸ ਵਰਡ ਫੀਚਰ ਕਰਾਸਸਸ ਦੀ ਸਿਲੇਕਟਡ ਟੈਕਸਟ ਸਿਲੇਕਟਡ ਟੈਕਸਟ ਦੇ ਵਿੱਚ ਲਾਈਨ ਕਰਾਸ ਕਰਦਾ ਬਾਈ ਡਰਾਇੰਗ A ਲਾਈਨ ਥਰੂ ਇਟ ਇਹਦੇ ਵਿੱਚ ਦੀ ਇਹਨੂੰ ਕੀ ਬੋਲਦੇ ਆ ਇਹ ਹੁੰਦਾ ਅੰਡਰਲਾਈਨ ਤਾਂ ਜਿਹੜਾ ਹੁੰਦਾ ਥੱਲੇ ਆ ਜੇ ਜੇ ਮੈਂ ਥੱਲੇ ਲਾਈਨ ਮਾਰ ਦਿਆਂ ਤਾਂ ਇਹ ਅੰਡਰਲਾਈਨ ਹੈ ਇਟੈਲਿਕ ਹੁੰਦਾ ਟੇਡੇ ਜੇ ਕਰਦਨੇ ਐਂ ਕਰਕੇ ਤੇ ਬੋਲਡ ਹੁੰਦਾ ਇਹਨੂੰ ਗੂੜੇ ਕਰਦਨੇ ਸਟ੍ਰਾਈਕ ਥਰੋ ਬਚ ਗਿਆ ਸਟ੍ਰਾਈਕ ਥਰੋ ਸਟ੍ਰਾਈਕ ਕਰਨੀ ਵਿਚਕਾਰ ਦੀ ਲਾਈਨ ਮਾਰਨੀ ਇਹ ਸਟ੍ਰਾਈਕ ਥਰੋ ਹੈ ਠੀਕ ਹੈ ਤੇ ਆ ਦੇਖੋ ਹੋਮ ਦੇ ਵਿੱਚ ਹੋਮ ਟੈਬ ਦੇ ਵਿੱਚ ਹੁੰਦਾ ਕਈ ਵਾਰ ਟੈਬ ਵੀ ਪੁੱਛ ਲੈਂਦਾ ਹਨ ਉਹਦਾ ਪਤਾ ਨਹੀਂ ਕੀ ਪੁੱਛਦਾ ਹੈ ਹੋਮ ਟੈਬ ਦੇ ਵਿੱਚ ਆ ਬੋਲਡ ਹੈ ਇਟੈਲਿਕ ਅੰਡਰਲਾਈਨ ਤੇ ਇਹ ਹੈਗਾ ਸਟ੍ਰਾਈਕ ਥਰੋ ਤੇ ਇਹ ਸਬਸਕ੍ਰਿਪਟ ਹੁੰਦਾ ਇਹ ਸੁਪਰਸਕ੍ਰਿਪਟ ਸਬਸਕ੍ਰਿਪਟ ਜਿਵੇਂ ਕੁਲਦੀਪ ਮੈਂ ਲਿਖ ਦਿਆਂ ਸਿੰਘ ਮੈਂ ਥੱਲੇ ਪਾਤਾ ਸਬਸਕ੍ਰਿਪਟ ਐ ਸਿੱਧੂ ਮੈਂ ਉੱਪਰ ਪਤਾ ਹੈ ਸੁਪਰਸਕ੍ਰਿਪਟ ਹੈ ਇਹਦੇ ਸ਼ਾਰਟਕਟ ਵੀ ਹੁੰਦੇ ਨੇ ਮੈਂ ਚੰਗੀ ਤਰ੍ਹਾਂ ਕਰਾਏ ਹੋਏ ਨੇ 8ਵੇਂ ਚੈਪਟਰ ਤੇ ਜਾ ਕੇ ਦੇਖ ਸਕਦੇ ਹੋ ਬਹੁਤ ਜਿਆਦਾ ਇੰਪੋਰਟੈਂਟ ਨੇ ਪੁੱਛਿਆ ਜਾਊਗਾ ਨਾ ਚੋ ਇੱਕ ਵੀ ਇੱਕ ਅੱਧਾ ਕੁਐਸਚਨ ਮੈਂ ਕਹਿੰਦਾ ਇੱਕ ਵੀ ਕੁਐਸਚਨ ਨਹੀਂ ਪੁੱਛਿਆ ਜਾਂਦਾ ਠੀਕ ਹੈ ਪੁੱਛਿਆ ਜਾਊਗਾ ਉਹਦੇ ਚੋਂ ਫਿਰ ਦੂਸਰਾ ਹੈ ਦੋ ਕੁਐਸਚਨ ਰਹਿ ਗਏ ਬਸ ਵਿੱਚ ਉਹਦੀ ਫਾਲੋਇੰਗਸ ਤਿੰਨੇ ਰਹਿ ਗਏ 18ਵੇਂ ਸੁਣੇ ਵਿੱਚ ਉਹਦੀ ਫਾਲੋਇੰਗ ਆਰ ਵੈਲਿਡ ਕੈਟਾਗਰੀ ਆਫ ਆਈਪੀ ਡ੍ਰੈਸਸਿਸ ਕਹਿੰਦਾ ਆਈਪੀ ਡ੍ਰੈਸਸਿਸ ਦੀ ਵੈਲਿਡ ਕੈਟਾਗਰੀ ਕਿਹੜੀ ਆਪ ਪਹਿਲਾ ਤੇ ਤੀਜਾ ਪਹਿਲਾ ਐਂਡ ਤੀਜਾ ਕਿੱਥੇ ਐ ਆ ਸੀਗਾ ਚੌਥਾ ਆਨਸਰ ਐ ਇਹ ਮੈਂ ਦੱਸੀਆਂ ਹੋਈਆਂ ਨੇ ਆਈਪੀ ਐਡਰੈਸ ਨੂੰ ਲੌਜੀਕਲ ਐਡਰੈਸ ਵੀ ਬੋਲਦੇ ਆਪਾਂ ਲੌਜੀਕਲ ਐਡਰੈਸ ਤੇ ਇਹ ਆਈਪੀ ਵੀ 4 ਐ ਜਿਹੜਾ 32 ਬਿਟ ਦਾ ਹੁੰਦਾ ਆਈਪੀ ਵੀ 6 128 ਬਿਟ ਦਾ ਇਹਨੂੰ 8 ਨਾਲ ਡਿਵਾਈਡ ਕਰਾਂਗੇ 4 ਬਾਈਟ ਦਾ ਇਹਨੂੰ 16 8 ਨਾਲ ਡਿਵਾਈਡ ਕਰਾਂਗੇ 16 ਬਾਈਟਸ ਦਾ ਇਹ ਵੀ ਪੁੱਛ ਸਕਦਾ ਹੈ ਕਲੀਅਰ ਹੋਈ ਗੱਲ ਚੌਥਾ ਆਨਸਰ ਐ ਅਗਲਾ ਇਨ ਵਿੱਚ ਆਫ ਦੀ ਫੋਲੋਇੰਗ ਜਨਰੇਸ਼ਨ ਆਫ ਕੰਪਿਊਟਰਸ ਪਤਾ ਨਹੀਂ ਇੱਥੇ ਲੱਗਣਾ ਕਿ ਨਹੀਂ ਹਾਂ ਇੱਥੇ ਤਾਂ ਲੱਗੂਗਾ ਕੰਪਿਊਟਰ ਵਾਜ਼ ਇਲੈਕਟ੍ਰੋਨਿਕ ਨਹੀਂ ਕੰਪਿਊਟਰ ਹੀ ਆਊਗਾ ਯਾਨੀ ਇਨ ਵਿੱਚ ਆਉਦੀ ਫੋਲੋਇੰਗ ਜਨਰੇਸ਼ਨਸ ਆਫ ਕੰਪਿਊਟਰਸ ਹਾਂ ਕੰਪਿਊਟਰ ਦੇ ਆਊਗਾ ਵਾਜ਼ ਦੀ ਇਲੈਕਟ੍ਰੋਨਿਕ ਨਿਊਮੈਰੀਕਲ ਇੰਟੀਗ੍ਰੇਟਿਡ ਐਂਡ ਕੰਪਿਊਟਰ ਡਿਵੈਲਪਡ ਈ ਐਨ ਆਕ ਹੈ ਐਨ ਆਕ ਇੱਕ ਤਾਂ ਇਹ ਐਬ੍ਰੀਵੀਏਸ਼ਨ ਪੁੱਛ ਸਕਦਾ ਵੀ ਐਨ ਆਕ ਕਹਿੰਦਾ ਕਿਹੜੀ ਜਨਰੇਸ਼ਨ ਦੇ ਵਿੱਚ ਡਿਵੈਲਪ ਹੋਇਆ ਆਪਾਂ ਪੜ੍ਹਦੇ ਹਾਂ ENIAC ਜਿਹੜਾ ਇਹ ਹੁੰਦਾ ਇਲੈਕਟ੍ਰੋਨਿਕ ਨੰਮੈਰੀਕਲ ਇੰਟੀਗਰੇਟਰ ਐਂਡ ਕੰਪਿਊਟਰ ਯਾਦ ਰੱਖਣਾ ਇੰਟੀਗਰੇਟਰ ਆ ਇਹ ਤੇ ਇਹ ਦੁਨੀਆ ਦਾ ਪਹਿਲਾ ਜਰਨਲ ਪਰਪਸ ਇਲੈਕਟ੍ਰੋਨਿਕ ਕੰਪਿਊਟਰ ਸੀ ਇਹ ਵੀ ਗੱਲ ਬਹੁਤ ਇੰਪੋਰਟੈਂਟ ਹੈ ਜੇ ਪੁੱਛ ਲੈ ਵਰਲਡ ਫਰਸਟ ਜਰਨਲ ਪਰਪਸ ਇਲੈਕਟ੍ਰੋਨਿਕ ਕੰਪਿਊਟਰ ਆਨਸਰ ਕੀ ਆਜੂਗਾ ENIAC ਯਾਦ ਰੱਖਣੀ ਹੈ ਗੱਲ 1946 ਚ ਬਣਾਇਆ ਸੀ ਕਿਹੜੇ ਬੰਦਿਆ ਨੇ ਜੌਨ ਜੌਨ ਮਿਕੋਲੇ ਤੇ ਜੇ ਪ੍ਰੋਸਪਰ ਇਕਾਡ ਇਹ ਵੀ ਯਾਦ ਰੱਖ ਲਿਓ ਇੱਕ ਵਾਰੀ ਉਂ ਰੱਟਾ ਨਾ ਮਾਰਿਓ ਉਂ ਯਾਦ ਰੱਖ ਲਿਓ ਚੀਜ਼ਾਂ ਉੱਥੇ ਕਈ ਵਾਰੀ ਆਪਸ਼ਨ 'ਚ ਆ ਕੇ ਪਤਾ ਲੱਗ ਜਾਂਦਾ ਹੈ ਹਨਾ ਜੌਨ ਮਿਕੋਲੇ ਐਂਡ ਜੇ ਪ੍ਰੈਸਪਰ ਇਕਾਡ ਤੇ ਇਹ ਟਿਊਰਿੰਗ ਕੰਪਲੀਟ ਸੀ ਆਪਾਂ ਨੂੰ ਪਤਾ ਹੈ ਨਾ ਫਾਦਰ ਆਫ ਥਿਓਰੀਟੀਕਲ ਕੰਪਿਊਟਰ ਜਾਂ ਫਾਦਰ ਆਫ ਮਾਡਰਨ ਕੰਪਿਊਟਰ ਫਾਦਰ ਆਫ ਥਿਓਰੀਟੀਕਲ ਕੰਪਿਊਟਰ ਹੈ ਚਲ ਤੁਸੀਂ ਦੱਸਿਓ ਫਾਦਰ ਆਫ ਥਿਓਰੀਟੀਕਲ ਕੰਪਿਊਟਰ ਜਾਂ ਫਾਦਰ ਆਫ ਮਾਡਰਨ ਕੰਪਿਊਟਰ ਕਿਹਨੂੰ ਕਿਹਾ ਜਾਂਦਾ ਕਮੈਂਟ ਦੇ ਵਿੱਚ ਦੱਸਿਓ ਤੇ ਇਹਦਾ ਡਿਸਕ੍ਰਿਪਸ਼ਨ ਦੇ ਵਿੱਚ ਬਹੁਤ ਵੱਡਾ ਵੇਟ ਸੀ ਦਾ ਕਮਰਿਆਂ ਬਿਲਡਿੰਗਸ ਦੇ ਵਿੱਚ ਹੁੰਦਾ ਸੀ 30 ਟਨ ਦਾ ਵੇਟ ਸੀ 18000 ਦੇ ਕਰੀਬ ਇਹਦੇ ਵਿੱਚ ਵੈਕਿਊਮ ਟਿਊਬ ਲੱਗੀਆਂ ਸੀ ਤੇ 200 ਕਿਲੋਵਾਟ ਇਹ ਪਾਵਰ ਕੰਜ਼ਿਊਮ ਕਰਦਾ ਸੀ ਠੀਕ ਹੈ ਤਾਂ ਇਹ 1946 ਚ ਗੱਲ ਕਰ ਰਹੇ ਨਾ ਇਨਵੈਂਟ ਹੋਇਆ ਤਾਂ ਆਪਾਂ ਜਨਰੇਸ਼ਨ ਦਾ ਈਅਰ ਦੇਖ ਲੈਨੇ ਆ 40 ਤੋਂ 56 ਤੱਕ ਪਹਿਲੀ ਜਨਰੇਸ਼ਨ ਹੈ 56 ਤੋਂ 63 ਤੱਕ ਦੂਜੀ ਜਨਰੇਸ਼ਨ ਦਾ ਤਾਂ ਫਿਰ ਪਹਿਲੀ ਜਨਰੇਸ਼ਨ ਚ ਨਹੀਂ ਹੋ ਗਿਆ ਇਹ ਫਰਸਟ ਜਨਰੇਸ਼ਨ ਦਾ ਡਿਵਾਈਸ ਸੀ ਆ ਮੈਂ ਸਕਰੀਨਸ਼ਾਟ ਲੈ ਸਕਦੇ ਹਾਂ ਤੁਸੀਂ ਜਨਰੇਸ਼ਨ ਵਾਲਾ ਇਹ ਮੈਂ ਚੰਗੀ ਤਰ੍ਹਾਂ ਪਹਿਲੇ ਚੈਪਟਰ ਦੇ ਵਿੱਚ ਕਰਾਏ ਹੋਏ ਨੇ ਸਾਰੇ ਕੁਸ਼ਨ ਇਹਦੇ ਤੇ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਇਹ ਵੀ ਕਿਹੜੀ ਜਨਰੇਸ਼ਨ 'ਚ ਕੀ ਆਇਆ ਠੀਕ ਹੈ ਲਾਸਟ ਕੁਸ਼ਨ ਵਿੱਚ ਉਹਦੀ ਫੋਲੋਇੰਗ অপারেটিং ਸਿਸਟਮ ਇੰ ਸਪੈਸ਼ਲੀ ਡਿਜ਼ਾਈਨ ਫਾਰ smartphones ਇਹ ਆਪਾਂ ਨੂੰ ਪਤਾ ਹੈ smartphone ਲਈ ਕਿਹੜਾ ਹੁੰਦਾ ਵਿੰਡੋ ਨਹੀਂ ਹੈਗਾ ਯੂਨਿਕਸ ਨਹੀਂ ਹੈਗਾ ਡੋਸ ਨਹੀਂ ਹੈਗਾ ਐਂਡਰੋਇਡ ਵੈਸੇ ਵਿੰਡੋਫੋਨ ਵੀ ਆਈ ਸੀ ਪਰ ਉਹ ਚੱਲੇ ਨਹੀਂ ਇਹਨੇ ਮਾਈਕਰੋਸਾਫਟ ਨੇ ਕੱਢੇ ਸੀ ਪਰ ਐਂਡਰੋਇਡ ਮੋਸਟ ਪਪੂਲਰ ਜੇਨੂੰ ਦੋ ਆਪਸ਼ਨਾਂ ਚ ਦੋਨੋਂ ਹੀ ਲੱਗਣ ਆਪਾਂ ਤੁਸੀਂ ਇਹ ਵੀ ਲਾ ਸਕਦੇ ਹੋ ਮੈਂ ਇਹ ਨਹੀਂ ਕਹਿੰਦਾ ਆਨਸਰ ਗਲਤ ਹੈ ਜੇ ਸਾਨੂੰ ਲੱਗੇ ਵੀ ਮੰਨ ਲਓ ਮੈਂ ਮਟ੍ਰੋਲਾ ਦਾ ਫੋਨ ਖਰੀਦਿਆ ਜੇ ਉਹ ਵਿੰਡੋ ਫੋਨ ਹੈ ਤਾਂ ਮੈਂ ਤਾਂ ਕਹੂੰਗਾ ਵਿੰਡੋ ਵੀ ਮੋਬਾਈਲ ਫੋਨ ਹੈ 스마트ਫੋਨ ਦਾ ਹੈ ਹਨਾ ਬਟ ਉਥੇ ਆਪਾਂ ਇਹ ਆਪਸ਼ਨ ਲਾਉਣੀ ਹੁੰਦੀ ਹੈ ਜਿਹੜੀ ਜ਼ਿਆਦਾ ਸਟਰੋਂਗ ਹੁੰਦੀ ਹੈ ਤਾਂ ਇਹਨਾਂ ਦੋਨਾਂ ਚੋਂ ਐਂਡਰੋਇਡ ਹੈ ਐਂਡਰੋਇਡ ਦੇ ਵਿੱਚ ਆਜੀ ਕੱਲ ਸਭ ਤੋਂ ਜ਼ਿਆਦਾ ਮਾਰਕੀਟ ਸ਼ੇਅਰ ਐਂਡਰੋਇਡ ਦੇ ਵਿੱਚ ਹੈ ਹਨਾ ਤਾਂ ਫਿਰ ਉਹ ਤੁਸੀਂ ਇਹ ਮੈਂ ਕਿਸੇ ਵੀਡੀਓ ਚ ਕਰਾਇਆ ਵੀ ਹੋਇਆ ਵੀ ਮਾਰਕੀਟ ਸ਼ੇਅਰ ਕਿਹੜੇ ኦਪਰੇਟਿੰਗ ਸਿਸਟਮ ਤੇ ਕੀਦਾ ਇਹ ਇੱਕ ਨਹੀਂ ਕਹਿ ਸਕਦੇ ਇੱਕੋ ਗੱਡੀਰੀਏ ਦੇ ਵਿੱਚ ਵੀ ਐਂਡਰੋਇਡ ਦਾ ਜੇ ਆਪਾਂ ਲੈਪਟਾਪ ਡੈਸਕਟਾਪ ਦੀ ਗੱਲ ਕਰੀਏ ਤਾਂ ਹੋਰ ਹੈ ਜੇ ਮੋਬਾਈਲ ਫੋਨ ਦੀ ਗੱਲ ਕਰੀਏ ਤਾਂ ਹੋਰ ਆਉਂਦਾ ਜੇ ਟੈਬ ਦੀ ਗੱਲ ਕਰੀਏ ਤਾਂ ਫਿਰ ਹੋਰ ਆਉਂਦਾ ਤਾਂ ਮੋਸਟ ਦੋ ਦੋ ਕੇਸਿਸ ਦੇ ਵਿੱਚ ਐਂਡਰੋਇਡ ਆਉਂਦਾ ਇੱਕ ਦੇ ਵਿੱਚ ਆਈਓਐਸ ਹੈ ਡੈਸਕ ਮੈਨੂੰ ਹੁਣ ਪ੍ਰੋਪਰ ਯਾਦ ਨਹੀਂ ਸ਼ਾਇਦ ਟੈਬਲੇਟ ਦੇ ਵਿੱਚ ਆਈਓਐਸ ਦੀ ਝੰਡੀ ਹੈ ਤੇ ਬਾਕੀ ਲੈਪਟਾਪ ਵਾਲਿਆਂ ਦੇ ਵਿੱਚ ਵਿੰਡੋ ਦੀ ਝੰਡੀ ਹੈ ਤੇ ਮੋਬਾਈਲ ਫੋਨ ਵਾਲਿਆਂ ਦੇ ਵਿੱਚ ਐਂਡਰੋਇਡ ਦੀ ਝੰਡੀ ਹੈ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਇਹ ਠੀਕ ਹੈ ਆਈ ਹੋਪ ਕਿ ਤੁਸੀਂ ਸਮਝ ਗਏ ਹੋਵੋਗੇ ਆਪਰੇਟਿੰਗ ਸਿਸਟਮ ਮੈਂ ਦਿੱਤੇ ਹੋਏ ਨੇ ਸਾਰੇ ਕਿਹੜੇ-ਕਿਹੜੇ ਕਦੋਂ-ਕਦੋਂ ਆਏ ਇਹ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਵੀ ਕਰੇ ਹੋਏ ਨੇ ਤੇ ਫਿਰ ਇਹਦਾ ਆਨਸਰ ਕਿਹੜਾ ਹੈਗਾ ਤੀਸਰਾ ਐਂਡਰੋਇਡ ਠੀਕ ਹੈ ਇਹ ਸੀ ਕਿ ਕੌਨਸਟੇਬਲ ਇਨ ਟੈਕਨੀਕਲ ਸਪੋਰਟ ਐਂਡ ਸਰਵਿਸ ਕਾਡਰ 25 ਸਤੰਬਰ ਨੂੰ ਪੇਪਰ ਹੋਇਆ ਇਹਦੇ ਇੱਕ ਦੋ ਪੇਪਰ ਮੇਰੇ ਕੋਲੇ ਹੋਰ ਹੈਗੇ ਨੇ ਉਹ ਮੈਂ ਟਾਈਪ ਕਰ ਰਹੇ ਹਾਂ ਹਜੇ ਤੇ ਉਹ ਮੈਂ ਉਹ ਵੀ ਅਪਲੋਡ ਕਰ ਦੂੰਗਾ ਵੀਡੀਓ ਛੇਤੀ ਹੀ ਤੇ ਇਹਦੇ ਤੋਂ ਬਿਨਾ ਹੁਣ ਮੈਨੂੰ ਤਾਂ ਐ ਵੀ ਨਹੀਂ ਪਤਾ ਵੀ ਕਿੰਨੇ ਪੇਪਰ ਹੋਏ ਸੀ ਕਿਉਂਕਿ ਇਹ ਆਨਲਾਈਨ ਹੋਏ ਸੀ ਠੀਕ ਹੈ ਸੋ ਇੰਨਾ ਟਾਈਮ ਮੇਰੇ ਕੋਲੇ ਹੈ ਹੀ ਨਹੀਂ ਧਿਆਨ ਦੇਣ ਦਾ ਪੇਪਰ ਡਾਊਨਲੋਡ ਕਰਨ ਦਾ ਲੱਭਣ ਦਾ ਸੋ ਤੁਸੀਂ ਮੈਨੂੰ ਭੇਜ ਦਿਓ ਰਿਕੁਐਸਟ ਹੈ ਕਿ ਮੈਂ ਕਰਾ ਮੈਂ ਦੇਊਂਗਾ ਕੁਐਸਚਨ ਤੁਸੀਂ ਭੇਜਨੇ ਤੇ ਇਹਦੇ ਬਿਨਾ ਇਹਦੇ ਤੋਂ ਬਿਨਾ ਤੁਸੀਂ ਜਿਹੜਾ ਪੇਪਰ ਦੇਣ ਜਾਓਗੇ ਤੁਹਾਡਾ ਚਾਹੇ ਤੁਹਾਡਾ ਸਬ ਇੰਸਪੈਕਟਰ ਦਾ ਚਾਹੇ ਕਨਸਟੇਬਲ ਦਾ ਚਾਹੇ ਇੰਟੈਲੀਜੈਂਸ ਕਨਸਟੇਬਲ ਦਾ ਹੈਨਾ ਉਹ ਪੇਪਰ ਮੈਨੂੰ ਪਲੀਜ਼ ਰਿਕੁਐਸਟ ਹੈ ਤੁਸੀਂ ਮੈਨੂੰ ਉਦੋਂ ਨਾਲ ਦੀ ਨਾਲ ਪੇਪਰ ਤੋਂ ਬਾਹਰ ਨਿਕਲਨ ਸਾਹ ਦ ਤੁਸੀਂ ਨਾਲ ਦੀ ਨਾਲ ਪੇਪਰ ਮੈਨੂੰ ਭੇਜ ਦਿਓ ਕਿਉਂਕਿ ਮੈਂ ਤੁਹਾਡਾ ਦੂਜੇ ਦਿਨ ਪੇਪਰ ਹੋਊਗਾ ਜੇ ਮੇਰੇ ਮੈਥੋਂ ਹੋ ਸਕਿਆ ਤਾਂ ਮੈਂ ਉਹਦਾ ਐਨਾਲਿਸਿਸ ਬਣਾ ਕੇ ਪਾ ਦੂੰਗਾ ਤੁਸੀਂ ਆਨਸਰ ਦੇਖ ਲਿਓ ਸਾਰਿਆਂ ਨੂੰ ਪਤਾ ਲੱਗ ਜਾਊਗਾ ਕਿਉਂਕਿ ਸਾਰਿਆਂ ਨੇ ਆਲਮੋਸਟ ਬੰਦਿਆਂ ਨੇ ਦੂਜਾ ਪੇਪਰ ਵੀ ਦੇਣਾ ਹੈ ਤਿੰਨੋਂ ਦਿਨੇ ਨੇ ਤਾਂ ਉਹਦਾ ਬੈਨੀਫਿਟ ਹੋ ਜਾਊਗਾ ਤੁਸੀਂ ਕਹਿ ਲਓ ਵੀ ਸੈਂਟਰ ਚੋਂ ਬਾਹਰ ਬਾਅਦ ਚ ਨਿਕਲੇਓ ਫੋਨ ਚੱਕਿਓ ਨਾਲ ਦੀ ਨਾਲ ਫੋਨ ਖਿੱਚ ਫੜ ਕੇ ਤੁਸੀਂ ਜਾਂ ਤਾਂ ਕੈਮ ਸਕੈਨਰ ਸੌਫਟਵੇਅਰ ਡਾਊਨਲੋਡ ਕਰ ਲਿਓ ਨਹੀਂ ਤਾਂ ਹੋਊਗਾ ਤੁਹਾਡੇ ਕੋਲੇ ਕੈਮ ਸਕੈਨਰ ਆ ਜਾਂ ਕਲੀਅਰ ਸਕੈਨਰ ਕਲੀਅਰ ਸਕੈਨਰ ਇਹਦੇ ਦੁਆਰਾ ਸਕੈਨ ਕਰਕੇ ਪੀਡੀਐਫ ਬਣਾ ਕੇ ਕਲੈਰਿਟੀ ਹੋਵੇ ਨਾ ਹੋਵੇ ਮੈਨੂੰ ਦਿਖੇ ਹੀ ਨਾ ਫਿਰ ਮੈਂ ਤੁਹਾਨੂੰ ਇਹੋ ਜਿਹਾ ਕੀ ਕਰਾਉਂਗਾ ਤਾਂ ਮੈਨੂੰ ਪੀਡੀਐਫ ਬਣਾ ਕੇ ਤੁਸੀਂ ਟੈਲੀਗ੍ਰਾਮ ਤੇ ਭੇਜ ਸਕਦੇ ਹੋ ਚਾਹੇ ਇੰਸਟਾਗ੍ਰਾਮ ਤੇ ਜਿੱਥੇ ਮਰਜ਼ੀ ਮੈਨੂੰ ਪੀਡੀਐਫ ਭੇਜ ਉਦੋਂ ਪਹਿਲਾਂ ਮੇਰੇ ਨਾਲ ਰਾਲਤਾ ਕਾਇਮ ਕਰ ਲਓ ਮੈਸੇਜ ਮੂਸੇ ਭੇਜ ਕੇ ਦੇਖ ਲਓ ਉਹਦੇ ਤੇ ਟੈਲੀਗ੍ਰਾਮ ਤੇ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਉੱਥੇ ਜਾ ਕੇ ਤੁਸੀਂ ਆਪਣਾ ਆਡੀਓ ਪਲੇਟਫਾਰਮ ਵੀ ਹੈ ਉੱਥੇ ਤੁਸੀਂ ਜਾ ਕੇ ਜੁਆਇਨ ਵੀ ਕਰ ਸਕਦੇ ਹੋ ਉੱਥੇ ਕਾਫੀ ਆਡੀਓ ਮੈਂ ਪਾਈਆਂ ਹੋਈਆਂ ਨੇ ਠੀਕ ਹੈ ਤਾਂ ਆਪਾਂ ਤੁਹਾਡੀ ਦੂਜੇ ਪੇਪਰਾਂ ਦੇ ਵਿੱਚ ਵੀ ਹੈਲਪ ਕਰ ਸਕੀਏ ਠੀਕ ਹੈ ਸੋ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ